ਸਾਡੇ ਦੇਸ਼ 'ਚ ਕੁਰਸੀ ਇੱਕ ਅਜੂਬਾ ਏ, ਹਰ ਅਫਸਰ ਹਰ ਨੇਤਾ ਦੀ ਮਹਿਬੂਬਾ ਏ। ਇਹ ਵੀ ਆਪਣੇ ਕੀ ਰੰਗ ਵਿਖਾਉਂਦੀ ਏ, ਸੱਚੇ ਸੁੱਚੇ ਬੰਦਿਆਂ ਤੋਂ ਕਤਰਾਉਂਦੀ ਏ। ਘਰ ਫਿਰ ਕੇ ਇਕੱਲੇ ਇਕੱਲੇ, ਹੱਥ ਜੋੜ ਗਰੀਬਾਂ ਬੱਲੇ, ਜਦੋਂ ਕੁਰਸੀ ਆ ਜਾਏ ਥੱਲੇ, ਫਿਰ ਤੂੰ ਕੌਣ ਅਤੇ ਮੈਂ ਕੌਣ। ਪੋਲੀਟਿਕਸ ਬਹੁਤ ਗੰਦੀ ਹੋ ਗਈ ਹੈ ਔਰ ਉਹਨਾਂ ਦਾ ਅਸਲੀ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਹੈ। ਬਿਲਕੁਲ, ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਜੇਲ੍ਹ ਕੱਟੀ ਤੇ ਬੰਦਾ ਮੁੱਖ ਮੰਤਰੀ ਬਣ ਜਾਂਦਾ, ਕਹਿੰਦੇ ਮੈਨੂੰ ਜੇਲ੍ਹ ਭੇਜਦੇ ਸੀ ਮੈਂ ਮੁੱਖ ਮੰਤਰੀ ਬਣ ਜਾਂਦਾ ਸੀ। ਮੋਦੀ ਵਰਸਿਜ ਮਮਤਾ, ਮੋਦੀ ਵਰਸਿਜ ਰਾਹੁਲ, ਮੋਦੀ ਵਰਸਿਜ ਕੇਜਰੀਵਾਲ, ਸਾਰੇ ਮੋਦੀ ਨੂੰ ਗਾਲਾਂ ਕੱਢਦੇ ਆ, ਉਹ ਮੋਦੀ ਅੱਗੋਂ ਬਰਾਬਰ ਦੀਆਂ ਗੱਡਾਂ ਕਰ ਰਿਹਾ। ਪੱਤੇ ਸਾਰੇ ਇੱਕੋ ਜਿਹੇ ਨਹੀਂ, ਸਾਰੇ ਚੱਕਣ ਵਾਲੇ ਨਹੀਂ ਜੀ। ਤੈ ਵੋਟ ਪਾ ਰਹੇ ਹੋ? ਨਹੀਂ, ਵੋਟ ਨਹੀਂ ਪਾਉਣੀ। ਫਿਰ ਇਹ ਬਦਲਣਗੇ ਕਿਵੇਂ ਨੇਤਾ? ਬਸ ਇਹਨਾਂ ਨੇ ਬਦਲ ਕੇ ਹਰੇਕ ਇੱਕੋ ਵਰਗੀ ਨੇਤਾ ਹੀ ਨਹੀਂ, ਸਰਕਾਰ ਤੇ ਜੀ ਉਹੀ ਬਣ ਜਾਣੀ ਪੁਰਾਣੀ ਜੁਮਲੇ ਵਾਲੀ। ਕਿ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਨੇ, ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ, ਲੋਕਾਂ ਨੂੰ ਰੁਜ਼ਗਾਰ ਦੇਣ ਦਾ ਮੁੱਦਾ, ਕਰੋੜਾਂ ਰੁਪਈਆ ਹਰ ਮਹੀਨੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਫੀਸਾਂ ਦੇ ਰੂਪ ਦੇ ਵਿੱਚ ਜਾ ਰਿਹਾ, ਉਹ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਕਿਤੇ ਵੀ ਕਿਸੇ ਪਾਰਟੀ ਨੇ ਨਹੀਂ ਚੁੱਕੇ। ਸਤਿ ਸ਼੍ਰੀ ਅਕਾਲ, ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ, ਜੋ ਇਸ ਵਕਤ ਅਕਾਲ ਚੈਨਲ ਦੇ ਇਸ ਵਿਸ਼ੇਸ਼ ਪ੍ਰੋਗਰਾਮ ਨਾਲ ਜੁੜੇ ਨੇ। ਪਿੰਡਾਂ ਦੀ ਗਰਾਊਂਡ ਦੀ ਜ਼ਮੀਨੀ ਕੀ ਰਿਪੋਰਟਾਂ ਨੇ ਉਸ ਮੁਤਾਬਕ ਅਸੀਂ ਪਹੁੰਚੇ ਹਾਂ ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ। ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ, ਵਿਜ਼ੂਅਲ ਦਿਖਾਇਆ ਕੈਮਰਾਮੈਨ ਅਮਨ ਹੋਰਾਂ ਨੇ, ਟਿਊਬਵੈੱਲ, ਇਹ ਵੱਡੇ ਟਿਊਬਵੈੱਲ ਜਿਨ੍ਹਾਂ ਤੋਂ ਵਾਟਰ ਸਪਲਾਈ ਹੈ ਜਿਹੜੀ ਕੀਤੀ ਜਾਂਦੀ ਹੈ। ਸੋ ਮਿੱਤਰਾਂ ਦੀ ਮੋਟਰ 'ਤੇ ਕੱਚ ਦੀ ਗਲਾਸੀ ਖੜ ਕੇ, ਸੋ ਟਿਊਬਵੈੱਲ ਤੋਂ ਮੈਨੂੰ ਗਲਾਸੀ ਚੇਤੇ ਆ ਗਈ। ਪਰ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੀਆਂ ਮੋਟਰਾਂ ਸੱਥਾਂ, ਸੈਰਗਾਹਾਂ, ਹੱਟੀਆਂ ਭੱਠੀਆਂ, ਸਾਰੇ ਜਿਹੜੀ ਚਰਚਾ ਉਹ ਲੋਕ ਸਭਾ ਚੋਣਾਂ ਦੀ ਹੈ। ਸੋ ਮੈਂ ਪਹੁੰਚਿਆ ਪਟਿਆਲਾ ਦਾ ਵਾਤਾਵਰਨ ਪਾਰਕ, ਬੜੀ ਮਸ਼ਹੂਰ ਜਗ੍ਹਾ ਜਿੱਥੇ ਹਰ ਵਰਗ ਸ਼ੋਭੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੀਆਂ ਨੇ। ਤੁਸੀਂ ਵੇਖ ਰਹੇ ਹੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਹੇ ਡਾਕਟਰ ਬਲਵੀਰ ਸਿੰਘ ਵੀ ਇਸ ਮਹਿਫਲ ਦੇ ਵਿੱਚ ਸ਼ਾਮਲ ਨੇ। ਸੋ ਸ਼ੁਰੂਆਤ ਕਰਦੇ ਹਾਂ ਸਾਹਿਬ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਚੋਣਾਂ ਦਾ ਕੀ ਵੇਖ ਰਹੇ ਹੋ ਮਾਹੌਲ ਇਸ ਵਾਰੀ, ਪਿਛਲੀਆਂ ਚੋਣਾਂ ਨਾਲੋਂ ਕੀ ਫਰਕ ਹੈ ਇਹਨਾਂ ਚੋਣਾਂ 'ਚ? ਅਜੇ ਕੁਛ ਨਹੀਂ ਸਮਝ ਆਇਆ ਜੀ। ਅਜੇ ਕਿਹੜੀ ਸਰਕਾਰ ਬਣਦੇ ਅਸਾਰ ਨੇ? ਹਾਂਜੀ, ਸਰਕਾਰ ਤੇ ਜੀ ਉਹੀ ਬਣ ਜਾਣੀ ਪੁਰਾਣੀ ਜੁਮਲੇ ਵਾਲੀ। ਗੱਲ ਜੁਮਲਿਆਂ ਦੇ ਖੜੀ ਹੈ, ਆਪਾਂ ਵਿਰੋਧੀਆਂ ਕੋਲ ਜਾਂਦੇ ਹਾਂ। ਡਾਕਟਰ ਬਲਵੀਰ ਸਿੰਘ ਜੀ, ਵਾਤਾਵਰਨ ਪਾਰਕ ਦੇ ਤੁਸੀਂ ਮੁੱਢਲੇ ਮੈਂਬਰਾਂ 'ਚੋਂ ਇੱਥੇ ਜੰਗਲ 'ਚ ਮੰਗਲ ਲਾਉਣ 'ਤੇ, ਪਰ ਹੁਣ ਜੰਗਲ 'ਚ ਜੰਗਲ ਹੀ ਲੱਗ ਰਿਹਾ, ਕਹਿੰਦੇ ਮੋਦੀ ਸਾਹਿਬ ਫਿਰ ਆ ਰਹੇ ਆ। ਦੇਖੋ, ਅਸੀਂ ਤੁਹਾਡੀ ਕਮਜ਼ੋਰੀ ਇਹ ਪਹਿਲੀ ਗੱਲ ਤਾਂ ਤੁਸੀਂ ਇਨਵਾਇਰਮੈਂਟ ਪਾਰਕ ਦਾ ਕਿਹਾ, ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਹੈ, ਆਮ ਆਦਮੀ ਪਾਰਟੀ ਕੋ ਪ੍ਰੈਜ਼ੀਡੈਂਟ ਜੋ ਕਿ ਮੈਂ ਹਾਂ, ਲੇਕਿਨ ਮੈਂ ਇਹਦਾ ਫਾਊਂਡਰ ਪ੍ਰੈਜ਼ੀਡੈਂਟ ਵੀ ਆ। ਜਿਹੜੇ ਮੇਰੇ ਸਾਰੇ ਸਹਿਯੋਗੀ ਮੇਰੇ ਨਾਲ ਬੈਠੇ ਆ, ਭੰਡਾਰੀ ਸਾਹਿਬ, ਅਗਰਵਾਲ ਸਾਹਿਬ, ਇਹ ਮਤਲਬ ਚੀਫ ਇੰਜੀਨੀਅਰ, ਇਹ ਮਤਲਬ ਬੈਂਕਰ, ਸੀਨੀਅਰ ਬੈਂਕਰ ਰਿਟਾਇਰ ਹੋਏ, ਬਹੁਤ ਸਾਰੇ ਬੰਦੇ ਜਿਹੜੇ ਹੈਗੇ, ਇਹਨੂੰ ਰਲ ਕੇ ਇੱਕ ਬਾਇਓਡਾਇਵਰਸਿਟੀ ਪਾਰਕ ਬਣਾਇਆ ਸੀ ਜੀ। ਹੁਣ ਤੁਸੀਂ ਗੱਲ, ਕਿਉਂਕਿ ਜ਼ਿਆਦਾ ਤੁਸੀਂ ਇਲੈਕਸ਼ਨ ਦੇ ਵਿੱਚ ਇੰਟਰਸਟਡ ਹੋ, ਦੇਖੋ ਜਿਹੜਾ ਡੋਮੀਨੈਂਟ ਸੈਂਟੀਮੈਂਟ ਹੈ ਉਹ ਹੈਗਾ ਕਿ ਇਲੈਕਸ਼ਨ ਦਾ ਮੁੱਦਾ ਕੀ ਹੋਣਾ ਚਾਹੀਦਾ, ਅਤੇ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਇਲੈਕਸ਼ਨ ਦੇ ਵਿੱਚੋਂ ਗਾਇਬ ਹੋ ਜਾਂਦੇ ਆ, ਉਹ ਨਹੀਂ ਹੋਣੇ ਚਾਹੀਦੇ। ਅਤੇ ਇਹ ਜਿਹੜੀ ਇਲੈਕਸ਼ਨ ਹੈ, ਮੇਰਾ ਖਿਆਲ ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਆ ਉਸ ਤੋਂ ਬਾਅਦ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਲੈਕਸ਼ਨ ਹੈ, ਉਹ ਇਸ ਕਰਕੇ ਕਿ ਜਿਹੜੀਆਂ ਸਾਡੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹ ਖਤਰੇ ਵਿੱਚ ਹੈ, ਚਾਹੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ, CBI ਦਾ ਜਲੂਸ ਨਿਕਲਿਆ ਹੋਇਆ, ਤੁਸੀਂ ਸਾਰਿਆਂ ਨੇ ਦੇਖਿਆ ਆਪਣੀਆਂ ਅੱਖਾਂ ਦੇ ਨਾਲ, ਜਿੰਨੀਆਂ ਵੀ ਆਪਣੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹ ਲਗਾਤਾਰ ਕਮਜ਼ੋਰ ਹੋ ਰਹੀਆਂ। ਇੱਕ ਤਾਂ ਇਹ ਬਹੁਤ ਵੱਡਾ ਮੁੱਦਾ ਹੋਣਾ ਚਾਹੀਦਾ। ਤੁਸੀਂ ਤਾਕਤਵਰ ਕਿਉਂ ਨਹੀਂ ਕਰ ਸਕੇ? ਮੈਂ ਉਹਦੇ ਵਿੱਚ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਉਹ ਸਾਡੇ ਵੱਲੋਂ ਕਮਜ਼ੋਰੀ ਆ ਰਹੀਆਂ, ਆਪਸ 'ਚ ਫਟ ਕੇ ਆਪੋਜੀਸ਼ਨ ਜਿਹੜੀ ਹੈਗੀ ਆ ਉਹ ਇਸ ਗੱਲ 'ਤੇ ਯੂਨਾਈਟਿਡ ਨਹੀਂ ਹੈ। ਉਹਦੇ 'ਚ ਮੁੱਦਾ ਸਿਰਫ ਇੱਕ ਹੈ ਕਿ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਆਪਣਾ ਇੰਟਰਸਟ ਉੱਪਰ ਰੱਖ ਰਹੀਆਂ, ਨੈਸ਼ਨਲ ਇੰਟਰਸਟ ਨੂੰ ਨੀਚੇ ਰੱਖ ਰਹੀਆਂ। ਇਸ ਵੇਲੇ ਨੈਸ਼ਨਲ ਇੰਟਰਸਟ ਇਹ ਆ ਕਿ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਭਾਈਚਾਰੇ ਨੂੰ ਬਚਾਇਆ ਜਾਵੇ, ਅਤੇ ਰੁਜ਼ਗਾਰ, ਕਿਸਾਨ ਸੰਕਟ, ਜੋ ਖੇਤ ਮਜ਼ਦੂਰ ਦਾ ਸੰਕਟ ਆ, ਔਰ ਜੋ ਵਪਾਰੀਆਂ ਦਾ ਸੰਕਟ ਆ, ਔਰ ਨੌਜਵਾਨਾਂ ਦੀ ਬੇਰੁਜ਼ਗਾਰੀ ਔਰ ਨਸ਼ਿਆਂ ਦੇ ਮੁੱਦੇ ਆ, ਇਹ ਮੁੱਦੇ ਹੋਣੇ ਚਾਹੀਦੇ ਇਲੈਕਸ਼ਨ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ, ਔਰ ਡਿਬੇਟਸ ਹੋਣੀਆਂ ਚਾਹੀਦੀਆਂ। ਪ੍ਰਾਈਮ ਮਿਨਿਸਟਰ ਵੀ ਆਵੇ ਉੱਥੇ, ਵਿਰੋਧੀ ਧਿਰ ਦਾ ਨੇਤਾ ਵੀ ਆਵੇ, ਜਿਹੜੀਆਂ ਮੁੱਖ ਪਾਰਟੀਆਂ ਹੈਗੀਆਂ ਉਹਨਾਂ ਦੇ ਨੇਤਾ ਸਾਹਮਣੇ, ਜਿਸ ਤਰ੍ਹਾਂ ਅਮਰੀਕਾ ਵਿੱਚ ਫਿਰਕਾ ਪ੍ਰਸਤੀ ਵੱਧ ਰਹੀ ਹੈ। ਅਮਰੀਕਾ ਨੇ ਵੀ ਆਪਣੀਆਂ ਰਿਪੋਰਟਾਂ 'ਚ ਆਖਿਆ ਕਿ ਇਹ ਸਰਕਾਰ ਦੇ ਵਕਤ ਵੀ BJP ਸਰਕਾਰ ਹਿੰਦੂਤਵ ਦਾ ਏਜੰਡਾ ਲਿਆ ਰਹੀ ਹੈ, ਕੱਟੜਤਾ ਦਾ ਏਜੰਡਾ ਲਿਆ ਰਹੀ ਹੈ, ਡਿਵੈਲਪਮੈਂਟ ਦੀ ਜਗ੍ਹਾ ਸਰਜੀਕਲ ਸਟਰਾਈਕ ਦੀ ਗੱਲ ਕਰਦੀ ਹੈ। ਭਵਿੱਖ ਕੀ ਵੇਖਦੇ ਹੋ
ਮੋਦੀ ਸਾਹਿਬ ਦੀ ਜਿਹੜੀ ਜਿੱਤ ਲੋਕਾਂ ਨੂੰ ਨਜ਼ਰ ਆਉਂਦੀ ਹੈ, ਇਹ ਉਹਦੀ ਕਾਬਲੀਅਤ ਹੈ ਜਾਂ ਦੂਸਰਿਆਂ ਦੀ ਕਮਜ਼ੋਰੀ ਹੈ? ਇੱਕ ਸਵਾਲ ਤਾਂ ਇਹ, ਅਤੇ ਦੂਸਰਾ ਕੀ ਇਹਨਾਂ ਚੋਣਾਂ ਤੋਂ ਬਾਅਦ ਇਹ ਜਿਹੜਾ ਭਾਈਚਾਰਕ ਹਿੰਸਾ ਇਹ ਵੱਧਦੀ ਨਜ਼ਰ ਆਉਂਦੀ ਹੈ? ਦੇਖੋ ਮੈਨੂੰ ਨਹੀਂ ਪਤਾ ਤੁਹਾਡਾ ਸੋਰਸ ਕੀ ਆ, ਤੁਸੀਂ ਵਾਰ ਵਾਰ ਮੋਦੀ ਦੀ ਜਿੱਤ ਦੀ ਗੱਲ ਕਰਦੇ ਹੋ। ਮੈਂ ਜਿਹੜੇ ਜਿਨ੍ਹਾਂ ਦੀ ਮੈਂ ਰਿਸਪੈਕਟ ਕਰਦਾ, ਆਪਣੇ ਜਿਹੜੇ ਟੀ ਵੀ ਪ੍ਰਜੈਂਟਰ ਤਾਂ ਬਹੁਤ ਹੈ, ਪਰ ਜਿਹੜੇ ਜਰਨਲਿਸਟ ਹੈ ਜਿਵੇਂ ਪੀ ਸਾਈਨਾਥ ਹੋ ਗਿਆ ਜਾਂ ਰਵੀਸ਼ ਕੁਮਾਰ ਹੋ ਗਿਆ ਜਾਂ ਜਿਹੜੇ ਆਪਣੇ ਪ੍ਰਾਸਨ ਹੋ ਗਿਆ, ਜਿਹੜੇ ਬੰਦੇ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨ ਦਾ ਮਾਦਾ ਰੱਖਦੇ ਆ, ਜੋ ਉਹਨਾਂ ਦੀ ਓਪੀਨੀਅਨ ਹੈ ਉਸ ਹਿਸਾਬ ਨਾਲ ਬੀਜੇਪੀ 200 ਦਾ ਮਾਰਕ ਕ੍ਰੋਸ ਨਹੀਂ ਕਰ ਰਹੀ ਇਸ ਵਾਰੀ। ਬੀਜੇਪੀ ਦੀ ਸਰਕਾਰ ਨਹੀਂ ਆ ਰਹੀ, ਜੋ ਕਿ ਇਸ ਵੇਲੇ ਜਿਹੜੀ ਹੈਗੀ ਆ ਉਹ ਇਸ ਵੇਲੇ ਮਤਲਬ ਕੌਣ ਆਏਗਾ ਇਹ ਅਜੇ ਸਰਟਨ ਨਹੀਂ ਹੈ। ਜਿਹੜੀਆਂ ਰੀਜਨਲ ਪਾਰਟੀਜ਼ ਆ, ਫੈਡਰਲਿਜ਼ਮ ਹੈ, ਉਹ ਸਟਰੋਂਗ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਇਹ ਨਹੀਂ ਚਾਹੁੰਦੇ ਕਿ ਪਹਿਲਾਂ ਬੀਜੇਪੀ ਜਾਵੇ ਅਤੇ ਕਾਂਗਰਸ ਆ ਜਾਵੇ, ਉਹਦੇ ਨਾਲ ਵੀ ਫਿਰ ਉਹ ਵੱਡੀ ਈਵਲ ਬਣ ਜਾਂਦੀ ਹੈ। ਜਿਹੜੀ ਰੂਲਿੰਗ ਹੁੰਦੀ ਆ ਵੱਡੀ ਈਵਲ ਬਣ ਜਾਂਦੀ ਹੈ, ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹ ਛੋਟੀ ਈਵਲ ਬਣ ਜਾਂਦੀ ਹੈ। ਐਂਡ ਪੀਪਲ ਆਲਵੇਜ਼ ਹੈਡ ਦਾ ਚੋਇਸ ਟੂ ਵੋਟ ਫੋਰ ਏ ਲੈਸਰ ਈਵਲ। ਅਤੇ ਇਸ ਵਾਰੀ ਮੈਨੂੰ ਲੱਗਦਾ ਕਿ ਜਿਹੜੀ ਸਟੇਟ ਵਾਈਜ਼ ਜਿਹੜਾ ਅਲਾਇੰਸ ਹੈ, ਜਿਵੇਂ ਯੂਪੀ 'ਚ ਆ ਐਸ ਪੀ ਬੀ ਐਸ ਪੀ ਲੈ ਜਾਏਗੀ, ਇਸ ਤਰ੍ਹਾਂ ਜਿਹੜੇ ਸਟੇਟ ਵਾਈਜ਼ ਅਲਾਇੰਸ ਹੈ ਉਹ ਮਜੋਰਟੀ ਲੈ ਜਾਣਗੇ। ਉਧਰੋਂ ਮਮਤਾ ਬੈਨਰਜੀ ਵੀ ਸਟਰੋਂਗ ਹੈ, ਚੰਦਰਬਾਬੂ ਨਾਇਡੂ ਵੀ ਸਟਰੋਂਗ ਹੈ। ਸੋ ਵੀ ਹੋਪ ਐਂਡ ਪ੍ਰੇ। ਆਪਾਂ ਆਪਣੇ ਘਰ ਦੀ ਗੱਲ ਕਰੀਏ, ਪਟਿਆਲੇ ਵੱਲ ਨੂੰ ਆਈਏ, ਡਾਕਟਰ ਗਾਂਧੀ ਨੇ ਵੀ ਦੋਸ਼ ਲਾਏ ਨੇ ਕਿ ਇਸ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਜਾਣਾ ਚਾਹੀਦਾ ਪਟਿਆਲਾ ਨੂੰ ਜੀ। ਪਟਿਆਲਾ 'ਚ ਕੀ ਸਥਿਤੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ, ਜਿਵੇਂ ਕੈਪਟਨ ਸਾਹਿਬ ਨੇ ਸਿੱਧਾ ਹੀ ਕਹਿ ਦਿੱਤਾ ਕਿ ਜਿੱਥੇ ਬੰਦਾ ਹਰਿਆ ਉੱਥੇ ਸਿਆਸਤਦਾਨ ਖਤਮ ਸਮਝੋ ਕਾਂਗਰਸੀ, ਕੀ ਲੱਗਦਾ? ਦੇਖੋ ਆਪਣੀ ਬਿਲਕੁਲ ਹੋਏਗੀ ਜੀ, ਆਪਣੀ ਜਿਹੜੀ ਲਿਬਰਲ ਡੈਮੋਕ੍ਰੇਸੀ ਹੈ ਉਹ ਖਤਮ ਹੋ ਗਈ। ਵੀ ਆਰ ਮੂਵਿੰਗ ਟੂਵਰਡਸ ਡੈਮੋਕਰੈਟਿਕ ਅਥੋਰੀਟੇਰੀਅਨਿਜ਼ਮ। ਮਤਲਬ ਮੋਦੀ ਇੰਪੋਰਟੈਂਟ ਹੈ, ਕੈਪਟਨ ਇੰਪੋਰਟੈਂਟ ਹੈ, ਨਾ ਸਾਡੀ ਆਰਮੀ ਇੰਪੋਰਟੈਂਟ ਹੈ, ਨਾ ਪੰਜਾਬ ਦੇ ਲੋਕ ਇੰਪੋਰਟੈਂਟ ਹੈ। ਜੋ ਉਹਨਾਂ ਨੇ ਕਹਿਤਾ ਇੱਕ ਸਟਰੋਂਗ ਲੀਡਰ, ਮਤਲਬ ਇਹ ਜਿਹੜੀ ਹੈਗੀ ਹੈ ਇਹ ਜਿਹੜੀ ਦਿਸ ਇਜ਼ ਨਗੇਸ਼ਨ ਆਫ ਡੈਮੋਕ੍ਰੇਸੀ। ਜਿਹੜੀ ਵਿਲ ਆਫ ਦੀ ਪੀਪਲ ਹੈ ਉਹ ਥਰਾਈਵ ਨਹੀਂ ਕਰ ਰਹੀ, ਉਹ ਕਰਨੀ ਚਾਹੀਦੀ ਹੈ। ਅਸੀਂ ਉਹਦੇ ਵਾਸਤੇ ਕੰਮ ਕਰਾਂਗੇ। ਗਾਂਧੀ ਜੀ ਨੂੰ ਮੈਂ ਜ਼ਰੂਰ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਵੀ ਜੇ ਉਹ ਸਾਰੇ ਸੰਵੇਦਨਸ਼ੀਲ ਸੀ ਤਾਂ ਉਹਨਾਂ ਨੂੰ ਵੀ ਸੰਵੇਦਨਸ਼ੀਲ ਹੋ ਕੇ ਇੱਕ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਸੀ ਇਮਾਨਦਾਰੀ ਦੇ ਨਾਲ। ਔਰ ਅਸੀਂ ਇਹ ਇਲੈਕਸ਼ਨ ਜਿੱਤ ਰਹੇ ਸੀ ਫਿਰ 100%। ਉਹਨਾਂ ਨੂੰ ਮੈਂ ਖੁਦ ਉਹਨਾਂ ਨੂੰ ਮਿਲ ਕੇ ਆਇਆ ਸੀਗਾ, ਉਹਨਾਂ ਨੂੰ ਅਸੀਂ ਆਫਰ ਵੀ ਕੀਤਾ ਸੀ ਵੀ ਤੁਸੀਂ ਆਓ, ਅਸੀਂ ਪਹਿਲਾਂ ਮੰਗ ਰਹੀ ਉਸੇ ਜੀਲ ਨਾਲ 24/7 ਕੰਮ ਕਰਾਂਗੇ, ਬਟ ਉਹਨਾਂ ਨੇ ਕਿਸੇ ਦੀ ਨਹੀਂ ਮੰਨੀ। ਔਰ ਹੋਏਗਾ ਇਹੀ, ਕੇਜਰੀਵਾਲ ਸਾਹਿਬ ਉਹ ਪਾਰਟੀ ਨੂੰ ਵੀ ਮਤਲਬ ਧੱਕਾ ਲਾਣਗੇ ਅਤੇ ਆਪਣੇ ਆਪ ਨੂੰ ਵੀ ਧੱਕਾ ਲਾਣਗੇ। ਮਿਹਰਬਾਨੀ ਡਾਕਟਰ ਬਲਵੀਰ ਸਿੰਘ ਜੀ, ਆਮ ਆਦਮੀ ਪਾਰਟੀ ਤੋਂ ਕਨਵੀਨਰ ਅਤੇ ਗੱਲ ਕਰਦੇ ਹਾਂ ਬੈਂਕਰ ਨੇ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ। ਅੱਛਾ, ਜਿਹੜਾ ਇਹ ਰਿਸੈਸ਼ਨ ਦੀ ਗੱਲ ਕਰਦੇ ਹੋ ਜਾਂ ਨੋਟਬੰਦੀ GST, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫੈਕਟਰ ਇਹ ਕੰਮ ਕਰੇਗਾ? ਇਹ ਕੋਈ ਜ਼ਿਆਦਾ ਫੈਕਟਰ ਕੰਮ ਨਹੀਂ ਕਰਦਾ ਜੀ, ਅਤੇ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਜਿਹੜੀ ਸਾਡੀ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਬੜੀ ਸਮੱਸਿਆ ਹੈਗੀ ਉਹ ਜਾਗਰੂਕਤਾ ਦੀ। ਜਦ ਤੱਕ ਵੋਟਰ ਜਾਗਰੂਕ ਨਹੀਂ ਹੁੰਦਾ ਉਹ ਆਪਣੇ ਨੈਸ਼ਨਲ ਇੰਟਰਸਟ ਨੂੰ ਪਹਿਲਾਂ ਅੱਗੇ ਨਹੀਂ ਰੱਖਦਾ। ਸੋਸ਼ਲ ਮੀਡੀਆ ਕਿਉਂ ਨਹੀਂ ਜਾਗ ਰਿਹਾ ਵੋਟਰ? ਵੋਟਰ ਇਲੀਟਰੇਸੀ ਬਹੁਤ ਜ਼ਿਆਦਾ ਹੈ, ਐਜੂਕੇਸ਼ਨ ਸਿਸਟਮ ਫੇਲ ਹੈ, ਇਟ ਹੈਜ਼ ਫੇਲਡ ਟੂ ਪ੍ਰੋਡਿਊਸ ਗੁੱਡ ਲੀਡਰਸ ਐਂਡ ਵੀ ਆਰ ਬੀਂਗ ਗਵਰਨਡ ਬਾਏ ਦੀ ਕਰੁਕਸ। ਤੁਹਾਡੇ ਮੁਤਾਬਕ ਕੀ ਸਥਿਤੀ ਹੈ ਕਿ ਨੋਟਬੰਦੀ ਜਾਂ ਇਹ ਚੀਜ਼ਾਂ ਕਾਰਨ ਬਣ ਗਈਆਂ ਮੋਦੀ ਸਾਹਿਬ ਦੀ ਹਾਰ ਦਾ? ਨਹੀਂ, ਕੋਈ ਇਹ ਜਿਹਾ ਉਹ ਨਹੀਂ ਹੈ। ਕਿਹੜੀ ਸਰਕਾਰ ਬਣਦੀ ਨਜ਼ਰ ਆਉਂਦੀ ਹੈ? ਮਿਕਸ ਜੀ ਉਹ ਬੰਦੀ ਨਜ਼ਰ ਆ ਰਹੀ ਆ ਕੈਪਟਨ। ਪੰਜਾਬ ਦਾ ਕੈਪਟਨ ਸਰ ਮੁਸ਼ਕਲ ਹੈ ਜੀ, ਮੁਸ਼ਕਲ ਹੈ 13 ਮਤਲਬ 10 ਤੋਂ ਥੱਲੇ ਅੰਕੜਾ। ਹਾਂ ਜੀ, ਡਾਕਟਰ ਸਾਹਿਬ ਜੁੜੇ ਨੇ, ਡਾਕਟਰ ਗੁਲਾਟੀ ਸਾਹਿਬ, ਕੀ ਲੱਗਦਾ ਹੈ ਸਿਹਤ, ਭੰਡਾਰੀ ਸਾਹਿਬ, ਸਿਹਤ, ਸਿੱਖਿਆ, ਸਹੂਲਤਾਂ, ਸਾਰੇ ਮੁੱਦੇ ਮਨਫੀ ਹੋ ਰਹੇ ਨੇ, ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ, ਬਜ਼ੁਰਗੀ ਪਾਰਕਾਂ ਜੋਗੀ ਰਹਿ ਗਈ ਹੈ, ਕੀ ਵੇਖਦੇ ਹੋ ਡਾਕਟਰ ਸਾਹਿਬ? ਇਹੀ ਹੈ ਜੀ ਕਿ ਕਿਸੇ ਦਾ ਧਿਆਨ ਹੀ ਨਹੀਂ ਇੱਧਰ ਨੂੰ ਕਿ ਇਹਨਾਂ ਵੱਲ ਨੂੰ, ਬੱਚਿਆਂ ਵੱਲ ਨੂੰ ਜਾਣਾ, ਜਿੱਥੇ ਹੁਣ ਇਲੈਕਸ਼ਨ ਦਾ ਆਇਆ, ਇਲੈਕਸ਼ਨ 'ਚ ਸਾਰੇ ਮੁੱਦੇ ਤਾਂ ਖਤਮ ਹੀ ਹੋ ਗਏ। ਇਲੈਕਸ਼ਨ 'ਚ ਤਾਂ ਜੇ ਧਾਰਮਿਕ ਮੁੱਦੇ ਜ਼ਿਆਦਾ ਛਾ ਗਏ, ਧਾਰਮਿਕ ਮੁੱਦੇ ਵੀ ਨਹੀਂ, ਬਸ ਫਜ਼ੂਲ ਦੇ ਮੁੱਦੇ ਨੇ ਜੀ, ਉਹ ਚੋਰ ਹੈ ਜੀ, ਉਹ ਫਲਾਣਾ ਹੈ ਜੀ, ਅਤੇ ਇਸ ਕਰਕੇ ਜਿਹੜਾ ਵਾ ਸਾਰਾ ਹੀ ਕੰਮ ਖਤਮ ਕਰੀ ਜਾਂਦੇ। ਅਦਰਵਾਈਜ਼ ਜਿਹੜੇ ਪਹਿਲੇ ਮੁੱਦੇ ਸੀਗੇ ਕਿ ਭਾਈ ਕਿਸੇ ਨੇ ਹੈਲਥ ਦੀ ਪ੍ਰੋਵੀਜ਼ਨ ਕੀਤੀ ਹੈ, ਐਜੂਕੇਸ਼ਨ ਦਾ ਕੀਤਾ, ਕੋਈ ਡਿਵੈਲਪਮੈਂਟ ਕੀਤੀ ਹੈ, ਉਹ ਮੁੱਦੇ ਤਾਂ ਖਤਮ ਹੀ ਕਰ ਦਿੱਤੇ ਨੇ ਜਦੋਂ ਇਲੈਕਸ਼ਨ ਜੀ ਮੁੱਦੇ ਖਤਮ ਹੋ ਗਏ, ਜਿਸ ਤਰ੍ਹਾਂ ਭੰਡਾਰੀ ਸਾਹਿਬ ਨੇ। ਬਿਲਕੁਲ ਖਤਮ ਹੋ ਗਏ ਜੀ, ਧਰਮ ਰਹਿ ਗਿਆ ਅਤੇ ਬਸ ਆਹੀ ਜਾਤ ਪਾਤ ਰਹਿ ਗਈ, ਇਹਨਾਂ ਨੇ ਆ ਕੇ ਉਹ ਕਰ ਲਿਆ। ਬਾਕੀ ਸੋ ਕਾਲਡ ਨੈਸ਼ਨਲੀ ਜਿਵੇਂ ਜਿਹੜੀ ਵੀ ਹਾਂ ਜੀ ਅਸੀਂ ਸਟ੍ਰਾਈਕ ਕਰਦੇ, ਅਸੀਂ ਆਹ ਕਰਤਾ, ਅਸੀਂ ਆਹ ਕਰਤਾ, ਇਹ ਚੀਜ਼ਾਂ ਆਪ ਹੀ ਹੋ ਗਈਆਂ। ਉਹ ਕੈਸ਼ ਹੋਣਗੀਆਂ, ਪੁਲਵਾਮਾ ਜਾਂ ਬਾਲਾਕੋਟ ਕੈਸ਼ ਹੋਏਗਾ? ਅਨਪੜ੍ਹਤਾ ਇੰਨੀ ਹੈ ਜੀ, ਕੈਸ਼ ਹੋਊਗੀ ਹੋਊਗੀ, ਕਿਉਂਕਿ ਹੋਊਗੀ ਉਹ ਕੈਸ਼ ਹੇਠਲੇ ਪੱਧਰ 'ਤੇ ਜਿਹੜੇ ਹੋਊਗੀ ਹੋਊਗੀ ਡੈਫੀਨੇਟਲੀ। ਚੇਤ ਵਰਗਾ ਮੱਧ ਹਾਂ ਉਹ ਨਹੀਂ ਕਰਨਗੇ, ਪਰ ਜਿਹੜੇ ਹੇਠਲੇ ਵਰਗ ਵਾਲੇ ਨੇ ਉਹ ਕਰਨਗੇ ਕਰਨ ਜੀ। ਮਿਹਰਬਾਨੀ। ਅਤੇ ਸਾਹ ਸਾਹਿਬ ਕੀ ਲੱਗਦਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਲੱਗਦਾ ਕਿ ਇਹ ਜਿਹੜੀ ਚੋਣ ਹੈ ਪਿਛਲੀਆਂ ਚੋਣਾਂ ਨਾਲੋਂ ਕੀ ਫਰਕ ਦੇਖਦੇ ਹੋ ਇਸ ਵਾਰੀ? ਫਰਕ ਕੋਈ ਨਹੀਂ ਹੈ। ਹਾਂ ਫਰਕ ਇੱਕ ਵੀ ਰੱਤੀ ਜਿੰਨਾ ਫਰਕ ਨਹੀਂ ਹੈ।
ਚੋਣਾਂ ਲੜਦੇ ਨੇ, ਐਮ ਪੀ ਬਣਦੇ ਨੇ, ਐਮ ਐਲ ਏ ਬਣਦੇ ਨੇ, ਉਹ ਪੈਸੇ ਕਮਾਉਣ ਲਈ ਬਣਦੇ ਨੇ, ਲੋਕਾਂ ਨੂੰ ਨਿਆਂ ਦੇਣ ਲਈ ਨਹੀਂ ਬਣਦੇ, ਲੋਕਾਂ ਨੂੰ ਲੁੱਟਣ ਲਈ ਬਣਦੇ ਨੇ। ਪਹਿਲਾਂ ਖਰਚ ਕਰਦੇ ਨੇ, ਫਿਰ ਉਹ ਸਾਰਾ ਇਕੱਠਾ ਕਰਦੇ ਨੇ, ਅਤੇ ਦੂਸਰੇ ਜਿਹੜੇ ਇਮਾਨਦਾਰ ਬੰਦੇ ਨੇ ਉਹ ਕੋਈ ਵੀ ਨਹੀਂ ਆਉਂਦਾ, ਸਾਰੇ ਕਰਪਟ ਬੰਦੇ। ਤੁਸੀਂ ਪਬਲਿਕ ਇਮਾਨਦਾਰਾਂ ਨੂੰ ਪਬਲਿਕ ਕਰਦੀ ਹੈ, ਪਬਲਿਕ ਜਿਹੜੀ ਹੈ ਪਬਲਿਕ ਦੇ ਵਿੱਚ ਅਨਪੜ੍ਹਤਾ ਵੱਧ ਹੈ, ਬੇਰੁਜ਼ਗਾਰੀ ਵੱਧ ਹੈ ਅਤੇ ਗਰੀਬੀ ਵੱਧ ਹੈ, ਉਹਨਾਂ ਨੂੰ ਪਤਾ ਹੀ ਨਹੀਂ ਗਾ। ਉਹ ਬੰਦੇ ਜਿਹੜੇ ਨੇ ਵੋਟ ਪਾਉਣ ਲਈ ਕੀ ਕਰਦੇ ਨੇ, ਇਹ ਲੋਕ ਜਿਹੜੇ ਐਮ ਐਲ ਏ ਬਣ ਰਹੇ ਨੇ ਜਾਂ ਖੜ੍ਹੇ ਨੇ, ਉਹ ਕੀ ਹੈ 20 ਦਿਨ ਉਹਨਾਂ ਨੂੰ ਰੋਟੀ ਪਾਣੀ ਸ਼ਰਾਬ ਨਸ਼ੇ ਦਿੰਦੇ ਨੇ, ਵੰਡਦੇ ਨੇ, ਵੰਡ ਕੇ ਅਤੇ ਉਹਨਾਂ ਉਹ ਵਿਚਾਰੇ ਸੋਚਦੇ ਨੇ ਵੀ 20 ਦਿਨ ਸਾਨੂੰ ਮੌਜਾਂ ਲੱਗ ਗਈਆਂ। ਬਿਲਕੁਲ, ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਜੇਲ੍ਹ ਕੱਟੀ ਅਤੇ ਬੰਦਾ ਮੁੱਖ ਮੰਤਰੀ ਬਣ ਜਾਂਦਾ, ਕਹਿੰਦੇ ਮੈਨੂੰ ਜੇਲ੍ਹ ਭੇਜਦੇ ਸੀ ਮੈਂ ਮੁੱਖ ਮੰਤਰੀ ਬਣ ਜਾਂਦਾ ਸੀ, ਆਹ ਤਾਂ ਮਿਆਰ ਰਹਿ ਗਿਆ ਸਿਆਸਤ ਦੇ ਵਿੱਚ ਜਾਂ ਮੁੱਖ ਮੰਤਰੀ ਬਣਨ ਦਾ। ਸਾਹਿਬ ਸਾਹਿਬ ਕੀ ਸੋਚਦੇ ਹੋ? ਬਸ ਮੈਂ ਕੀ ਸੋਚਦਾ ਜੀ, ਇਹ ਹੈ ਕਿ ਪੋਲੀਟਿਕਸ ਇਸ ਸਾਲ 18 ਤੋਂ ਮੈਂ ਇਲੈਕਸ਼ਨ ਕਰਵਾ ਰਿਹਾ ਐਜ਼ ਏ ਪ੍ਰੈਜ਼ਾਈਡਿੰਗ ਅਫਸਰ, ਹੁਣ ਮੈਂ ਰਿਟਾਇਰ ਹੀ ਹਾਂ, ਲੇਕਿਨ ਐਸ ਕਿ ਜਿੰਨਾ ਲੋ ਲੈਵਲ 'ਤੇ ਪੋਲੀਟਿਕਸ ਪਹੁੰਚ ਗਈ ਹੈ ਨਾ, ਚੋਣ ਕਮਿਸ਼ਨ ਦਾ ਤਾਂ ਨਿਪੁੰਨ ਸਿੰਘ ਹੈ, ਉਹਦੇ ਹੱਥ 'ਚ ਕੁਝ ਹੈ ਨਹੀਂ, ਉਹ ਆਪ ਹੀ ਮੰਨ ਗਿਆ ਮੇਰੇ ਹੱਥ 'ਚ ਹੀ ਕੁਝ ਨਹੀਂ। ਇੰਨਾ ਸੀਸੀਟੀਵੀ ਕੈਮਰੇ ਲੱਗੇ ਨੇ, ਕੀ ਲੱਗਦਾ ਕਿ ਬੂਥ ਕੈਪਚਰਿੰਗ ਜਾਂ ਉਹ ਚੀਜ਼ਾਂ? ਉਹ ਤਾਂ ਅੱਗੇ ਹੁੰਦੀ, ਅੱਗੇ ਵੀ ਹੁੰਦੀ, ਹੁਣ ਵੀ ਹੋਊਗੀ। ਏਵੀਐਮ ਦਾ ਇਸ਼ੂ ਚੱਲ ਰਿਹਾ, ਤੁਸੀਂ ਇਸ ਏਵੀਐਮ ਦਾ ਇਸ਼ੂ ਤਾਂ ਨੌਨਸੈਂਸ ਹੈਗਾ, ਉਹ ਨਹੀਂ ਹੈ, ਏਵੀਐਮ ਨਹੀਂ ਕੰਮ ਕਰਦਾ। ਕੋਈ ਵੀ ਬੰਦਾ 2 ਮਿੰਟ 'ਚ 1 ਮਿੰਟ 'ਚ ਏਵੀਐਮ ਨੂੰ ਮਤਲਬ ਹਾਈਜੈਕ ਨਹੀਂ ਕਰ ਸਕਦਾ। ਵੋਟਾਂ ਖਰੀਦੀਆਂ ਧਮਕਾਈਆਂ ਜਾਂਦੀਆਂ ਨੇ, ਪਰ ਏਵੀਐਮ ਵਾਲਾ ਨਹੀਂ, ਆਈ ਡੋਂਟ ਥਿੰਕ। ਹੋਰ ਕੀ ਤਜਰਬਾ ਵੇਖ ਰਹੇ ਹੋ ਸਰ? ਜਿਹੜਾ ਯੂਥ ਹੈ ਉਹ ਨਹੀਂ ਇਨਵੋਲਵ, ਯੂਥ ਇਨਵੋਲਵ ਨਹੀਂ ਹੋ ਰਿਹਾ, ਬੰਦੇ ਗਾਲਾਂ 'ਤੇ ਆ ਗਏ ਨੇ। 2 ਬੰਦਿਆਂ ਦੀ ਲੜਾਈ ਹੋ ਗਈ, ਮੋਦੀ ਵਰਸਿਜ਼ ਮਮਤਾ, ਮੋਦੀ ਵਰਸਿਜ਼ ਰਾਹੁਲ, ਮੋਦੀ ਵਰਸਿਜ਼ ਕੇਜਰੀਵਾਲ, ਸਾਰੇ ਮੋਦੀ ਨੂੰ ਗਾਲਾਂ ਕੱਢਦੇ ਆ, ਉਹ ਮੋਦੀ ਅੱਗੋਂ ਬਰਾਬਰ ਦੀਆਂ ਗੱਡਾਂ ਕਰ ਰਿਹਾ, ਪਰਸਨਲ ਮੁੱਦੇ ਜਿਵੇਂ ਕਹਿ ਰਹੇ ਨੇ, ਮੁੱਦੇ ਤਾਂ ਖਤਮ ਹੀ ਹੈ, ਹੁਣ ਤਾਂ ਇੱਕਦਮ ਪਰਸਨਲ ਅਟੈਕ ਹੋ ਗਏ ਨੇ। ਉਹ ਜਿਹੜਾ ਜ਼ਿਆਦਾ ਗਾਲਾਂ ਕੱਢੂਗਾ, ਜਿਹੜਾ ਜ਼ਿਆਦਾ ਉੱਚੀ ਬੋਲੂਗਾ, ਜਿਹੜਾ ਜ਼ਿਆਦਾ ਝੂਠ ਬੋਲੂਗਾ, ਉਹ ਉਹਨਾਂ ਵੋਟਾਂ ਲੈ ਜਾਣਗੇ। ਬਸ ਇੱਦਾਂ ਦੀ ਮਿਹਰਬਾਨੀ, ਜਿਹੜਾ ਜ਼ਿਆਦਾ ਗਾਲਾਂ ਕੱਢੇਗਾ ਸੋ ਗੱਲਾਂ ਵੀ ਉਹਦਾ ਭਰਦਾ ਹੈ। ਸਾਹਿਬ ਸਾਹਿਬ ਕੀ ਸੋਚਦੇ ਹੋ ਇਸ ਦੌਰਾਨ? ਕੀ ਸੋਚਣਾ ਜੀ, ਮੈਂ ਆਪਣੀ 76 ਸਾਲ ਦੀ ਉਮਰ 'ਚ ਮੈਂ ਤਾਂ ਦੇਖਿਆ ਕਿ ਕਿਸੇ ਸਿਆਸਤਦਾਨ ਨੇ ਸਾਨੂੰ ਕੁਛ ਨਹੀਂ ਦਿੱਤਾ, ਸਾਰੇ ਜਿਹੜਾ ਸਿਆਸਤਦਾਨ ਬਣ ਗਿਆ ਉਹ ਬੇਈਮਾਨ ਬਣ ਗਿਆ, ਜਿਹੜਾ ਸਿਆਸਤਦਾਨ ਉਹ ਬੇਈਮਾਨ, ਅੱਜ ਤੱਕ ਕਿਸੇ ਨੇ ਕੁਛ ਦਿੱਤਾ। ਹੁਣ ਜੇ ਮੈਨੂੰ ਥੋੜ੍ਹੀ ਉਮੀਦ ਲੱਗੀ ਸੀ ਕੇਜਰੀਵਾਲ ਵੱਲੋਂ, ਅਤੇ ਉਸਨੂੰ ਕੇਜਰੀਵਾਲ ਨੂੰ ਖਰਾਬ ਕੀਤਾ ਇਹਨਾਂ ਸਿਆਸਤਦਾਨਾਂ ਨੇ, ਬੀਜੇਪੀ ਨੇ ਖਰਾਬ ਕੀਤਾ, ਅਕਾਲੀ ਦਲ ਨੇ ਖਰਾਬ ਕੀਤਾ, ਸਭ ਨੇ ਇਹਨਾਂ ਨੂੰ ਖਰਾਬ ਕੀਤਾ। ਅਗਰ ਬੀਜੇਪੀ, ਅਗਰ ਇਹ ਆਮ ਆਦਮੀ ਪਾਰਟੀ ਅਗਰ ਇੱਕ ਮੁੱਠ ਰਹਿੰਦੀ ਅੱਗੇ ਆ ਜਾਂਦੀ ਤਾਂ ਅੱਜ ਮੁਲਕ ਦਾ ਬਹੁਤ ਕੁਛ ਸਵਰ ਸਕਦਾ। ਮਿਹਰਬਾਨੀ, ਸਿਆਸਤਦਾਨ ਵਿਗੜ ਗਏ ਨੇ, ਦੁੱਧ ਬਣ ਵਿਗੜ ਕੇ ਬਣੇ ਪਨੀਰ ਮੀਆਂ, ਤਣਾ ਵਿਗੜ ਕੇ ਬਣੇ ਸ਼ਤੀਰ ਮੀਆਂ, ਅਤੇ ਬੰਦਾ ਵਿਗੜ ਕੇ ਬਣੇ ਵਜ਼ੀਰ ਮੀਆਂ। ਸਾਹਿਬ ਸਾਹਿਬ ਕੀ ਲੱਗਦਾ ਕਿ ਬੇਅਦਬੀ ਦਾ ਮੁੱਦਾ ਜਾਂ ਹੋਰ ਧਾਰਮਿਕ ਮੁੱਦੇ ਅਕਾਲੀ ਦਲ ਨੂੰ ਮਹਿੰਗੇ ਪੈ ਰਹੇ ਨੇ ਜਾਂ ਨਹੀਂ? ਇਸ ਤਰ੍ਹਾਂ ਦੇ ਕੋਈ ਮਹਿੰਗੇ ਨਹੀਂ ਪੈ ਰਹੇ। ਮੈਂ 1950 ਤੋਂ ਹੋਸ਼ ਸੰਭਾਲੀ ਜੀ, ਅੱਜ ਤੱਕ ਹਾਲਾਤ ਜਿਹੜੇ ਨੇ ਵਿਗੜੇ ਵਿਗੜੇ ਆ ਇੰਡੀਆ ਦੇ, ਮਤਲਬ ਸੁਧਰੇ ਨਹੀਂ ਹੈਗੇ ਜਿੰਨਾ ਚ। ਔਰ ਦੂਜੀ ਗੱਲ, ਜਿਹੜੀ ਸਾਡੀ ਪਬਲਿਕ ਆ, ਜਿਹੜੇ ਵੋਟਰ ਨੇ ਨਾ, ਵੋਟਰਾਂ 'ਚ ਸਾਰਾ ਕਸੂਰ ਆ। ਵੋਟਰ ਜੇ ਸਿਆਣੇ ਹੋਣਗੇ ਤਾਂ ਸਰਕਾਰ ਚੰਗੀ ਆ ਸਕਦੀ ਹੈ, ਵੋਟਰ ਨਹੀਂ ਸਿਆਣੇ ਹੁੰਦੇ ਕਿਉਂਕਿ ਉਹ ਲਾਲਚੀ, ਕੋਈ ਪੈਸੇ ਦਾ ਲਾਲਚੀ, ਕੋਈ ਫਲਾਣੇ ਦਾ ਲਾਲਚ, ਕੋਈ ਕਿਸੇ ਦਾ ਲਾਲਚੀ, ਕਿਸੇ ਦਾ ਲਾਲਚ। ਜਥਾ ਰਾਜਾ ਹੋ ਨਹੀਂ ਹੋਏ, ਸੁਧਾਰ ਨਹੀਂ ਹੋ ਸਕਦਾ। ਜਥਾ ਰਾਜਾ ਤਥਾ ਪਰਜਾ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੈਗੇ ਨੇ। ਸਾਹਿਬ ਸਾਹਿਬ ਕੀ ਸੋਚਦੇ ਹੋ ਕਿ ਚੋਣਾਂ ਦੇ ਦੌਰਾਨ ਕੀ ਲੱਗਦਾ, ਇਸ ਵਾਰੀ ਪੰਜਾਬ 'ਚ ਕੌਣ ਬਣਦਾ ਨਜ਼ਰ ਆਉਂਦਾ? ਕੈਪਟਨ ਸਾਹਿਬ ਕੀ ਸਫਲ ਨੇ ਜਾਂ ਉਹਨਾਂ ਤੋਂ ਵੀ ਲੋਕ ਨਿਰਾਸ਼ ਨੇ? ਉਹਨਾਂ ਦੇ, ਕੈਪਟਨ ਸਾਹਿਬ ਦੇ ਜੋ ਵਿਕਾਸ ਦੇ ਮੁੱਦੇ ਨੂੰ ਦੇਖ ਕੇ ਪਬਲਿਕ ਬਹੁਤ ਪਰੇਸ਼ਾਨ ਨਹੀਂ ਹੈ, ਪਰੇਸ਼ਾਨ ਹੈ। ਜੋ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਹੋ ਰਹੇ, ਬੇਵਫਾਈ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਉਹ ਐਕਚੁਅਲੀ ਜਿਹੜਾ ਉਹਨਾਂ ਨੇ ਮੋਟੋ ਸੀਗਾ ਉਹਨਾਂ ਦਾ ਮੁੱਦਿਆਂ ਦਾ, ਉਹਨਾਂ ਤੋਂ ਕਈਆਂ ਤੋਂ ਉਹ ਫੁਲਫਿਲ ਕਰ ਪਾਏ, ਕਾਫੀ ਲੋਕ ਉਹਨਾਂ ਤੋਂ ਲੋਕ ਕਾਫੀ ਨਾਰਾਜ਼ ਨੇ। ਇਸ ਕਰਕੇ ਉਹਦਾ ਬਦਲ ਫਿਰ ਅਕਾਲੀਆਂ ਨੂੰ ਜਾਂ ਅਕਾਲੀਆਂ ਦਾ ਵੀ ਜ਼ਿਆਦਾ ਨਹੀਂ ਹੈਗਾ ਜੀ, ਦੂਜੇ ਜਿਹੜੇ ਰਹੇਗਾ ਖੇੜਾ ਜਾਂ ਗੱਠਜੋੜ ਵੀ ਕਾਫੀ ਸਕਸੈਸ ਹੋਏਗਾ ਕਿਉਂਕਿ ਉਹਨਾਂ ਦਾ ਮੁੱਦਾ ਡਿਫਰੈਂਟ ਆ ਬਾਕੀ ਪਬਲਿਕ ਜੀ ਜੀ। ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਇਲੈਕਸ਼ਨ ਦੇ ਮੁੱਦੇ 'ਤੇ, ਕਿਵੇਂ ਦੀ ਇਲੈਕਸ਼ਨ ਜਿਹੜੇ ਹੈ ਜੀ? ਅੱਜ ਕੱਲ੍ਹ ਜਿਹੜੇ ਹੈਗੇ ਸਿਰਫ ਕੁਰਸੀ ਪਿੱਛੇ ਰਹਿ ਗਏ, ਪਬਲਿਕ ਦੀ ਜੇ ਪ੍ਰੋਬਲਮ ਉਹਨਾਂ ਦੀ ਜਿਹੜੀ ਜਿਹਨਾਂ ਜੋ ਫੈਸਿਲਿਟੀ ਚਾਹੀਦੀ ਉਹ ਬਾਰੇ ਕੋਈ ਧਿਆਨ ਨਹੀਂ ਦਿੰਦਾ ਹੈਗਾ। ਮੇਨ ਜਿਹੜਾ ਹੈ ਜਨਤਾ ਵਾਸਤੇ ਐਜੂਕੇਸ਼ਨ, ਮੈਡੀਕਲ,
ਰੁਜ਼ਗਾਰ ਪਾਣੀ ਚਾਹੀਦਾ, ਇਸ ਵਾਰ ਧਿਆਨ ਹੀ ਨਹੀਂ ਕਿਸੇ ਦਾ ਹੈਗਾ। ਇੰਸਟੀਟਿਊਸ਼ਨ ਪ੍ਰਾਈਵੇਟ ਖੁੱਲ੍ਹੀ ਜਾ ਰਿਹਾ, ਬੱਚਿਆਂ ਨੂੰ ਰੁਜ਼ਗਾਰ ਨਹੀਂ, ਬੱਚੇ ਬੀ ਟੈਕ ਕਰਕੇ ਪੜ੍ਹ ਲਿਖ ਕੇ ਫਿਰ ਵੀ ਉਹਨਾਂ ਨੂੰ ਜੋਬਸ ਨਹੀਂ ਮਿਲਦੇ ਪ੍ਰੋਵਾਈਡ ਕਰ ਰਹੇ ਹੈਗੇ ਜੀ। ਕੁਰਸੀ ਦੀ ਗੱਲ ਕੀਤੀ ਆ ਕਿ ਸਾਡੇ ਮੁਲਕ 'ਚ ਕੁਰਸੀ ਇੱਕ ਅਜੂਬਾ ਹੈ। ਹੋਰ ਹੈ ਜੀ, ਪੋਲੀਟੀਸ਼ੀਅਨ ਜਿਹੜੇ ਹੈਗੇ ਹੈ ਇਹ ਕੁਛ ਪੀਰੀਅਡ ਦੇ ਵਿੱਚ ਹੀ ਕਰੋੜਾਪਤੀ ਹੋ ਜਾ ਰਿਹਾ, ਜਨਤਾ ਜਿਹੜੀ ਹੈਗੀ ਹੈ ਉਹ ਡੇ ਬਾਈ ਡੇ ਗਰੀਬ ਹੋਈ ਜਾ ਰਹੀ ਹੈਗੀ ਹੈ। ਉਹਨਾਂ ਦੀ ਜੇਬਾਂ ਭਰਦੇ ਪਏ, ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੀ ਜੇਬਾਂ ਭਰਦੇ ਪਏ, ਆਮ ਜਨਤਾ ਦੀ ਫੈਸਿਲਿਟੀ ਵਾਸਤੇ ਕੋਈ ਕੁਛ ਨਹੀਂ ਕਰ ਰਿਹਾ ਹੈਗਾ, ਸਿਰਫ ਆਪਣੀ ਜੇਬਾਂ ਵਾਸਤੇ ਹੋ ਰਿਹਾ ਹੈਗਾ। ਸਾਡੇ ਦੇਸ਼ 'ਚ ਕੁਰਸੀ ਇੱਕ ਅਜੂਬਾ ਹੈ, ਹਰ ਅਫਸਰ ਹਰ ਨੇਤਾ ਦੀ ਮਹਿਬੂਬਾ ਹੈ, ਇਹ ਵੀ ਆਪਣੇ ਕੀ ਰੰਗ ਵਿਖਾਉਂਦੀ ਹੈ, ਸੱਚੇ ਸੁੱਚੇ ਬੰਦਿਆਂ ਤੋਂ ਕਤਰਾਉਂਦੀ ਹੈ, ਘਰ ਫਿਰ ਕੇ ਇਕੱਲੇ ਇਕੱਲੇ ਹੱਥ ਜੋੜ ਗਰੀਬਾਂ ਬੱਲੇ, ਜਦੋਂ ਕੁਰਸੀ ਆ ਜਾਏ ਥੱਲੇ ਫਿਰ ਤੂੰ ਕੌਣ ਅਤੇ ਮੈਂ ਕੌਣ। ਕੁਰਸੀ ਹਾਸਲ ਕਰਨ ਦੇ ਲਈ ਇਹ ਲੋਕਾਂ ਦੀ ਹਾਲਾਤ ਬੜੀ ਤਰਸ ਵਾਲੀ ਬਣੀ ਹੋਈ ਹੈ, ਕੀ ਲੱਗਦਾ ਕਿ ਕੁਰਸੀ ਲਈ ਕੀ ਕੁਛ ਹੋ ਰਿਹਾ? ਪੋਲੀਟਿਕਸ ਬਹੁਤ ਗੰਦੀ ਹੋ ਗਈ ਹੈ ਔਰ ਉਹਨਾਂ ਦਾ ਅਸਲੀ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਹੈ ਔਰ ਝੂਠ ਤੂਫਾਨ ਔਰ ਜੋ ਮਤਲਬ ਗੰਦ ਬੋਲ ਕੇ ਮਤਲਬ ਲੋਕਾਂ ਨੂੰ ਭਰਮਾ ਕੇ ਔਰ ਵੋਟਾਂ ਲੈਣ ਵੱਲ ਧਿਆਨ ਹੈ ਔਰ ਇਸ ਤਰ੍ਹਾਂ ਦਾ ਕੋਈ ਮਤਲਬ ਉਹਨਾਂ ਵੱਲ ਕੋਈ ਬੱਚਿਆਂ ਲਈ ਔਰ ਜਾਂ ਜਿਹੜਾ ਅਸਲੀ ਮੁੱਦੇ ਹੈ ਜਿਵੇਂ ਕੋਈ ਮਤਲਬ ਸਿੱਖਿਆ ਹੈ ਜਾਂ ਮਤਲਬ ਉਹ ਆਪਣਾ ਮੈਡੀਕਲ ਹੈ ਔਰ ਰੁਜ਼ਗਾਰ ਹੈ, ਉਹਨਾਂ ਵੱਲ ਕੋਈ ਵੀ ਮਤਲਬ ਸਰਕਾਰਾਂ ਦਾ ਧਿਆਨ ਨਹੀਂ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੱਸ ਰਹੇ ਹੈ ਕਿ ਵੀ ਜਿਹੜਾ 80-70% ਯੂਥ ਹੈ ਨਾ ਉਹ ਬਾਹਰਲੇ ਕੰਟਰੀ ਨੂੰ ਚਲਾ ਜਾਏਗਾ ਔਰ ਇੱਥੇ ਯੂਥ ਤੁਹਾਨੂੰ ਦੇਖਣ ਨੂੰ ਮਤਲਬ ਘੱਟ ਮਿਲਣਗੇ ਔਰ ਬਜ਼ੁਰਗ ਹੀ ਮਤਲਬ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਨਾ ਉਹ ਕੋਸਦੇ ਔਰ ਦੁਖੀ ਹੋ ਕੇ ਮਤਲਬ ਇਹ ਕਹਿਣਗੇ ਵੀ ਸਾਡੇ ਬੱਚੇ ਕਿੱਥੇ ਚਲੇ ਗਏ ਔਰ ਅਸੀਂ ਕਿਸ ਤਰ੍ਹਾਂ ਮਤਲਬ ਗੁਜ਼ਾਰਾ ਕਰਾਂਗੇ ਔਰ ਕਿਸ ਤਰ੍ਹਾਂ ਰਵਾਂਗੇ। ਪਰ ਸਰਕਾਰਾਂ ਦਾ ਨਾ ਮਤਲਬ ਝੂਠ ਤੂਫਾਨ ਔਰ ਜੋ ਜੁਮਲੇ ਔਰ ਹੋਰ ਸਾਰੀਆਂ ਚੀਜ਼ਾਂ ਦਾ ਮਤਲਬ ਬੋਲ ਕੇ ਔਰ ਬਸ ਕੁਰਸੀ ਨੂੰ ਪ੍ਰਾਪਤ ਕਰਨ ਲਈ ਹੀ ਮਤਲਬ ਜਿਹੜਾ ਹੈ ਇਮੇਜ ਹੈ। ਕੁਰਸੀ ਦੀਆਂ ਚਾਰ ਟੰਗਾਂ ਨੂੰ ਫੜਨ ਲਈ 400 ਸਿਆਸਤਦਾਨ ਤਰਲੋ ਮੱਛੀ ਹੋ ਰਹੇ ਨੇ। ਸੋ ਜਿਸ ਤਰ੍ਹਾਂ ਭਾਅ ਜੀ ਹੋਰਾਂ ਨੇ ਆਖਿਆ ਕਿ ਧਾਰਮਿਕ ਮੁੱਦੇ ਕੈਸ਼ ਕੀਤੇ ਜਾ ਰਹੇ ਨੇ, ਉਹ ਮੁੱਦੇ ਜਿਨ੍ਹਾਂ 'ਤੇ ਦਮੜੀ ਕੋਈ ਨਹੀਂ ਲੱਗਦੀ, ਉਹ ਰਾਸ਼ਟਰਵਾਦ ਦਾ ਮੁੱਦਾ ਜਾਂ ਹੋਰ ਧਾਰਮਿਕ ਮੁੱਦੇ ਕੈਸ਼ ਕੀਤੇ ਜਾ ਰਹੇ ਨੇ। ਦੇਸ਼ ਭਗਤੀ ਦਾ ਜਿਹੜਾ ਬਾਣਾ ਪਾ ਕੇ ਅਖੌਤੀ ਦੇਸ਼ ਭਗਤ ਬਣਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਇਹਨਾਂ ਮੁੱਦਿਆਂ 'ਤੇ ਸਿਆਸਤਦਾਨਾਂ ਦਾ ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਜੜ ਜਾਂਦਾ, ਉਹ ਭਾਵੇਂ ਭਗਵੇਂ ਕਰਨ ਦਾ ਰੰਗ ਹੋਵੇ, ਚਿੱਟੇ ਕਰਨ ਦਾ ਰੰਗ ਹੋਵੇ, ਨੀਲੇ ਕਰਨ ਦਾ ਰੰਗ ਹੋਵੇ, ਸਭ ਰਲੇ ਕਬੂਤਰ ਨੇ ਨੀਲੇ ਅਤੇ ਗੋਲੇ ਹੋਏ। ਅੱਗੇ ਅੱਗੇ ਵੇਖਦੇ ਹਾਂ ਪਬਲਿਕ ਕੀ ਸੋਚਦੀ ਹੈ ਇਸ ਮੁੱਦੇ 'ਤੇ। ਸਤਿ ਸ਼੍ਰੀ ਅਕਾਲ ਜੀ, ਕਾਹਦੀ ਸਫਾਈ ਕਰ ਰਹੇ ਹੋ, ਕੀ ਕਰ ਰਹੇ ਹੋ? ਇਨਵਾਇਰਮੈਂਟ ਪਾਰਕ ਦੀ ਕਰ ਰਹੇ ਹਾਂ ਸਫਾਈ। ਅੱਛਾ, ਸਾਰੇ ਸ਼ਹਿਰ ਦੇ ਨਾਲ ਨਾਲ ਕੀ ਕੰਮ ਕਰਦੇ ਹੋ? ਕੰਮ ਦਾ ਹੀ ਸਾਡਾ ਵੀਡੀਓਗ੍ਰਾਫੀ ਦਾ ਕੰਮ ਹੈ ਜੀ, ਵੀਡੀਓ ਬਣਾਉਣਾ ਸੀ ਕਾਂਡਾ। ਅੱਛਾ, ਵੀਡੀਓਗ੍ਰਾਫੀ ਕਰਦੇ ਹੋ, ਤੁਹਾਡੀ ਵੀਡੀਓ ਬਣਨ ਲੱਗ ਗਈ ਆ ਤੇ ਇਹ ਜੜੀਆਂ ਕਾਂਡੀਆਂ ਕੁੰਡੀਆਂ ਲੈ ਕੇ ਵਾਤਾਵਰਨ ਦੀ ਜਿਵੇਂ ਆ ਨਾ ਜਿਹੜਾ ਇਹਦੇ ਵਿੱਚ ਸੂਆ ਜਿਹਾ ਬਣਿਆ ਹੋਇਆ ਇਹ ਸਫਾਈ ਕਰਦੇ ਆ, ਆਏ ਸ਼ਨੀਵਾਰ ਸਫਾਈ ਕਰਦੇ ਆ। ਦੇਸ਼ ਦੀ ਲੋਕਤੰਤਰ ਦੀ ਸਰਕਾਰ ਦੀ ਵੀ ਸਫਾਈ ਕਰਨ ਦਾ ਵਕਤ ਹੈ, ਉੱਥੇ ਵੀ ਜਿਹੜਾ ਗੰਦ ਚੁੱਕ ਕੇ ਬਾਹਰ ਸਿੱਟਣ ਦੀਆਂ ਜਿਹੜੀ ਪ੍ਰੋਸੈਸ ਹੈ, ਜਾਣੀ ਕਿ ਚੋਣਾਂ ਆ ਰਹੀਆਂ ਨੇ, ਇਸ ਦੌਰਾਨ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਪੱਤੇ ਚੁੱਕਣ ਵਾਲੇ ਆ? ਪੱਤੇ ਸਾਰੇ ਇੱਕੋ ਜਿਹੇ ਨਹੀਂ, ਸਾਰੇ ਚੱਕਣ ਵਾਲੇ ਨੇ ਜੀ। ਬਿਲਕੁਲ, ਕੋਈ ਲੱਗਦਾ ਨਹੀਂ ਕਿ ਕੋਈ ਨੇਤਾ ਸਾਫ ਸੁਥਰਾ ਹੈਗਾ, ਇਹਨੂੰ ਰੱਖ ਲਈਏ? ਨਹੀਂ ਸਰ, ਸਾਰੇ ਰੇੜੀ 'ਚ ਪਾਉਣ, ਸਾਰੇ ਰੇੜੀ 'ਚ ਪਾਉਣ ਵਾਲੇ ਆ ਸਰ। ਕੋਈ ਨੇਤਾ ਐਸਾ ਲੱਗਦਾ ਨਹੀਂ ਕਿ ਜਿਹੜੇ ਸਾਡੇ ਦੇਸ਼ ਨੂੰ ਸੁਧਾਰ ਕਰ ਸਕੇ। ਕਾਰਨ ਕੀ ਆ ਬਾਈ ਜੀ, ਤੁਸੀਂ ਇੱਥੇ ਪਾਰਕ ਦੀ ਸਾਫ ਸਫਾਈ ਦਾ ਕੰਮ ਕਰਦੇ ਆ, ਮੈਨੇਜਰ ਨੇ ਸਾਡੇ, ਕੀ ਲੱਗਦਾ ਜੀ? ਅਸੀਂ ਤਾਂ ਹੱਥ ਜੋੜਦੇ ਜੀ ਸਾਰੀ ਜਨਤਾ ਨੂੰ ਔਰ ਪਬਲਿਕ ਨੂੰ। ਕੀ ਲੱਗਦਾ ਕਿ ਅੱਛਾ ਰਹੇ ਆਪਣਾ ਪੰਜਾਬ, ਸਵਸਥ ਰਹੇ, ਹਰ ਨਸ਼ੇ ਪੱਤਰੋਂ ਸੇ ਦੂਰ ਰਹੇ ਜੀ? ਹਾਂ, ਨਸ਼ੇ ਪੱਤੇ ਇੱਥੇ ਪਾਰਕਾਂ 'ਚ ਵੀ ਆਪਾਂ ਕਈ ਵਾਰੀ ਭਜਾਈਦੇ ਆ ਨਸ਼ੇ ਕਰਨ ਵਾਲੇ, ਨਸ਼ਾ ਘਟਿਆ ਕਿ ਵਧਿਆ? ਨਹੀਂ, ਘਾਟਾ ਬਹੁਤ ਘਟ ਗਿਆ ਹੈਗਾ, ਪਬਲਿਕ ਘਟ ਗਈ ਹੈਗੀ, ਜਿੰਨਾ ਸਮਝਾਉਂਦੇ ਹਾਂ ਉਹਨਾਂ ਘਟ ਜਾਂਦੀ ਹੈ ਪਬਲਿਕ, ਹਟਦੀ ਨਹੀਂ ਹੈ ਫਿਰ ਵੀ ਆਦਤ। ਮਤਲਬ ਨਸ਼ਾ ਅਜੇ ਵੀ ਹੈਗਾ? ਹਾਂ, ਨਸ਼ਾ ਹੈਗਾ ਜੀ, ਹਾਂ ਨਸ਼ਾ ਹੈਗਾ ਜੀ, ਸਾਰੇ ਸੈਰ ਕਰਕੇ ਚਲੇ ਜਾਂਦੇ ਇੱਥੇ ਪਾਰਕ 'ਚ ਆ ਜਾਂਦੇ। ਹਾਂਜੀ 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 ਹਾਂਜੀ, ਬਿਲਕੁਲ ਬਿਲਕੁਲ। ਅੱਛਾ, ਸਰਕਾਰ ਕਿਹਦੀ ਬਣ ਰਹੀ ਹੈ? ਸਰਕਾਰ ਬਣੇਗੀ ਮੋਦੀ ਦੀ। ਅੱਛਾ, ਮਤਲਬ ਪਸੰਦ ਵੀ ਨਹੀਂ ਹੈ ਫਿਰ ਵੀ ਬਣੇਗੀ? ਬਣੇਗੀ ਮੋਦੀ ਦੀ, ਮੋਦੀ ਨਹੀਂ ਹੈ ਕੋਈ ਉਸਕਾ ਨਾ। ਹਾਂ, ਕਿਉਂਕਿ ਉਹਨੇ ਕੰਮ ਕੁਛ ਅੱਛੇ ਕਰਦੀ ਨਾ, ਵਿੱਚ ਲੋਕੋ ਵੀ ਨਜ਼ਰ ਆਉਂਦੇ। ਕੰਮ ਕਰਦੇ ਆ ਮਸਲਨ ਗਰੀਬਾਂ ਲਈ ਕੁਛ ਕੀਤਾ? ਮਸਲੇ ਕਰਦੇ ਨਾ ਗਰੀਬੋ ਕੇ, ਸਿਲੰਡਰ ਚੁੱਲੇ, ਗੈਸ, ਔਰ ਜਿਵੇਂ ਆਪਣਾ ਰੋਜ਼ਗਾਰ ਲੇਡੀਜ਼ ਹੋਗਾ। ਅੱਛਾ, ਮਤਲਬ ਹੇਠਲਾ ਵਰਕਰ ਹੈ, ਹਾਂਜੀ ਹਾਂਜੀ, ਬਿਹਾਰ ਬੰਗਾਲ ਜਾਂ ਆਮ ਗਰੀਬ ਵੋਟਰ ਉਹ ਜੁੜਿਆ ਇਸ ਨਾਲ ਕਿ ਸਿਲੰਡਰ? ਹਾਂ, ਸਿਲੰਡਰ ਮਿਲ ਗਏ ਹੈਗੇ, ਜਨਤਾ ਤਾਂ ਜੁੜ ਕੇ ਚੱਲ ਰਹੀ ਹੈ, ਔਰ ਜੀ ਕਾਫੀ ਕੰਮ ਬੈਂਕੋ ਕੇ ਖਾਤੇ, ਜਨਧਨ ਯੋਜਨਾ ਕਾਫੀ ਖੁੱਲੀ ਹੈ। ਇਹ ਤਾਂ ਕਹਿੰਦੇ ਜਨਧਨ ਯੋਜਨਾ ਚਲਾਈ ਹੈ ਨੋਟਬੰਦੀ ਨੇ, ਮੋਦੀ ਨੋਟਬੰਦੀ ਨੇ ਤਾਂ ਪ੍ਰਾਈਵੇਟ ਕੰਮ ਖਤਮ ਕਰਤੇ ਜੀ ਸਾਰੇ, ਨੌਜਵਾਨ ਬੇਰੁਜ਼ਗਾਰ ਕਰਤੇ ਜੀ। ਅੱਛਾ, ਪ੍ਰਾਈਵੇਟ ਕੰਮ ਤਾਂ ਸਾਰੇ ਡੈੱਡ ਹੋ ਗਏ ਬਿਲਕੁਲ ਜੀ। ਪਹਿਲਾਂ ਹੀ ਸਿਲੰਡਰ ਮਿਲ ਗਏ ਇਹ ਬਹੁਤ? ਨਾ ਨਾ, ਸਿਲੰਡਰ ਮਹਿੰਗੇ ਹੋ ਗਏ ਸਗੋਂ। ਅਮੀਰ ਬੰਦਾ ਵੋਟ ਨਹੀਂ ਪਾਉਂਦਾ? ਨਾ ਨਾ ਨਾ, ਸਿਲੰਡਰ ਸਗੋਂ ਮਹਿੰਗੇ ਹੋ ਗਏ ਜੀ। ਪਟਿਆਲੇ 'ਚ ਕੀ ਸਥਿਤੀ ਹੈ?
ਪਟਿਆਲੇ 'ਚ ਦੇਖੋ ਜੀ ਕੁਛ ਕਹਿ ਨਹੀਂ ਸਕਦੇ, ਕਾਂਗਰਸ ਦਾ ਵੀ ਵਧੀਆ ਜ਼ੋਰ ਆ ਹੈ ਨਾ, ਵੀ ਰਾਜੇ ਹੋਣਾ ਦਾ ਸ਼ਹਿਰ ਹੈ ਅਤੇ ਅਕਾਲੀ ਦਲ ਦਾ ਬੇਅਦਬੀ ਕਰਕੇ ਉਹਨਾਂ ਦਾ ਕੋਈ ਜ਼ਿਆਦਾ ਵਧੀਆ ਸਕੋਪ ਨਹੀਂ ਹੈਗਾ। ਅੱਛਾ, ਜਿਹੜਾ ਨਵਾਂ ਗੱਠਜੋੜ ਬਣਿਆ ਡਾਕਟਰ ਗਾਂਧੀ ਹੋਰਾਂ ਦਾ, ਖੈਰਾ ਡਾਕਟਰ ਗਾਂਧੀ ਹੋਰਾਂ ਦਾ ਜੇ ਤਾਂ ਪਾਰਟੀ ਦੇ ਨਾਲ ਰਹਿੰਦੇ, ਆਮ ਆਦਮੀ ਪਾਰਟੀ ਦੇ ਨਾਲ ਫਿਰ ਸ਼ਾਇਦ ਕੁਛ ਹੋ ਜਾਂਦਾ। ਅੱਛਾ, ਹੁਣ ਨਹੀਂ ਲੱਗਦਾ ਕੁਛ। ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਰਹੇਗੀ? ਆਮ ਆਦਮੀ ਪਾਰਟੀ ਉਹ ਕੈਂਡੀਡੇਟ ਨਹੀਂ ਵਧੀਆ ਹੈਗਾ ਇੱਥੇ। ਅੱਛਾ, ਹਾਂਜੀ। ਅਤੇ ਪਾਰਟੀ ਬਾਕੀ ਤੁਹਾਨੂੰ ਪਤਾ ਹੀ, ਆਮ ਆਦਮੀ ਪਾਰਟੀ ਵੈਸੇ ਵੀ ਥੋੜ੍ਹੀ ਜਿਹੀ ਖਿੰਡ ਗਈ। ਜੀ ਮਿਹਰਬਾਨੀ। ਸੋ ਇਹ ਪਬਲਿਕ ਦੀ ਆਵਾਜ਼ ਹੈ ਜੀ, ਜਿਹੜੀ ਵੱਖ ਵੱਖ ਮੁੱਦਿਆਂ 'ਤੇ ਇਹ ਸੋਚਦੀ ਹੈ। ਸੋ ਅੱਗੇ ਵੱਧਦੇ ਹਾਂ ਜੀ, ਵੇਖਦੇ ਹਾਂ ਕੀ ਅੱਗੇ ਹੋ ਰਿਹਾ। ਸੋਹਣੀ ਪੱਗ ਪੈਗ ਅਤੇ ਪੰਗਾ ਕਹਿੰਦੇ ਵਿੱਚ ਪਟਿਆਲੇ ਚੰਗਾ। ਪਟਿਆਲੇ 'ਚ ਪੱਗ ਅਤੇ ਪੈਗ ਦੇ ਨਾਲੋਂ ਹੋਰ ਵੀ ਬਹੁਤ ਚੰਗੀਆਂ ਚੀਜ਼ਾਂ ਨੇ। ਮਸਲਨ ਆਹ ਜਿਹੜਾ ਜਵਾਰਿਆਂ ਦਾ ਜੂਸ ਕਹਿ ਲਈਏ, ਜਿਹਨੂੰ ਵੀਟ ਗ੍ਰਾਸ ਜੂਸ ਕਹਿ ਲਈਏ, ਇਹ ਪਟਿਆਲੇ 'ਚ ਬਹੁਤ ਜ਼ਿਆਦਾ ਟਰੈਂਡ ਹੋ ਗਿਆ। ਬਿੱਲ ਸ਼ੇਕ ਦਾ ਟਰੈਂਡ ਵੀ ਪਟਿਆਲੇ 'ਚ ਬਹੁਤ ਜ਼ਿਆਦਾ। ਇੱਕ ਨੌਜਵਾਨ ਪਾਰਕ ਦੇ ਬਾਹਰ ਬੈਠੇ ਨੇ ਜਿਹੜੇ ਜੂਸ ਕੱਢ ਕੇ ਪਿਆ ਰਹੇ ਨੇ। ਅਤੇ ਕੀ ਨਾਂ ਤੁਹਾਡਾ? ਮੇਰਾ ਜਸ਼ਨਦੀਪ ਸਿੰਘ ਨਾਮ ਹੈ। ਜਸ਼ਨਦੀਪ ਜੀ, ਕਿੰਨੀ ਦੇਰ ਤੋਂ ਜੂਸ ਕੱਢਦੇ ਹੋ? ਸਾਨੂੰ 2-3 ਮਹੀਨੇ ਹੋ ਗਏ। ਅੱਛਾ, ਕਿੰਨੀ ਸੇਲ ਹੋ ਜਾਂਦੀ ਹੈ? ਸੇਲ 1000 ਰੁਪਇਆ ਹੋ ਜਾਂਦੀ ਹੈ, 1200 ਰੁਪਇਆ। ਜੋਬ ਹੈਗੀ ਕੋਈ ਤੁਹਾਡੇ ਕੋਲ? ਜੋਬ ਕੋਈ ਨਹੀਂ ਮਿਲੀ। ਪੜ੍ਹ ਕੇ ਇਹੀ ਕੰਮ ਕਰ ਰਹੇ ਹੋ? ਬਸ ਇਹੀ ਕੰਮ ਕਰ ਰਹੇ ਹਾਂ, ਕੋਈ ਰੁਜ਼ਗਾਰ ਨਹੀਂ ਗਈ। ਰੁਜ਼ਗਾਰ ਕੋਈ ਨਹੀਂ ਹੈ? ਕੋਈ ਰੁਜ਼ਗਾਰ ਨਹੀਂ ਗਈ। ਬੜੇ ਅੱਛੇ ਪਰਿਵਾਰ ਦੇ ਲੱਗਦੇ ਹੋ, ਆਪਣੀ ਕਾਰ 'ਚ ਆਉਂਦੇ ਹੋ ਅਤੇ ਜੂਸ ਦਾ ਨਵਾਂ ਕੰਮ ਸ਼ੁਰੂ ਕੀਤਾ, ਅਤੇ ਕਿਉਂ ਇਹ ਕੀਤਾ? ਕੋਈ ਨੌਕਰੀ ਨਹੀਂ ਮਿਲਦੀ। ਅੱਛਾ, ਕੁਛ ਮਿਲ ਨਹੀਂ ਰਿਹਾ, ਫਿਰ ਕੁਛ ਹੈ ਨਹੀਂ ਸੀ ਹੋਰ ਹੱਲ। ਕੈਪਟਨ ਸਾਹਿਬ ਤਾਂ ਕਹਿੰਦੇ ਜੋਬਾਂ ਬਹੁਤ ਦਿੱਤੀਆਂ। ਕੋਈ ਜੋਬ ਨਹੀਂ ਦਿੱਤੀ। ਅੱਛਾ, ਇਹ ਕੰਮ ਕਰਦੇ ਆ, ਇਹ ਕੰਮ ਕਰ ਰਹੇ ਨੇ, ਪੜ੍ਹ ਕੇ ਪਲੱਸ ਟੂ ਕੀਤੀ, ਕਿਸੇ ਨੇ BA ਕੀਤੀ ਹੈ। ਅੱਛਾ, ਤੁਹਾਡੀ ਸਿਹਤ ਮਾਸ਼ਾਅੱਲਾ ਬਹੁਤ ਅੱਛੀ ਹੈ, ਜੂਸ ਵੀ ਚੰਗਾ ਜਵਾਰਿਆਂ ਦਾ। ਅਤੇ ਇਸ ਦੌਰਾਨ ਇਹਨਾਂ ਵੋਟਾਂ ਦਾ ਦੌਰਾਨ ਕੀ ਤੁਹਾਡੀ ਬੱਚਿਆਂ ਦੀ, ਯੰਗਸਟਰ ਨੇ ਜਿਹੜੇ, ਉਹਨਾਂ ਦੀ ਦਿਲਚਸਪੀ ਬਹੁਤ ਘੱਟ ਹੈ, ਵੋਟ ਪਾ ਰਹੇ ਹੋ? ਨਹੀਂ, ਵੋਟ ਨਹੀਂ ਪਾਉਣੀ। ਫਿਰ ਇਹ ਬਦਲਣਗੇ ਕਿਵੇਂ ਨੇਤਾ? ਬਸ ਇਹਨਾਂ ਨੇ ਬਦਲ ਕੇ ਹਰੇਕ ਇੱਕ ਵਰਗੀ ਨੇਤਾ ਹੀ ਨਹੀਂ, ਕੋਈ ਕੁਛ ਤੁਹਾਡੇ ਜਿਹੜੇ ਦੋਸਤ ਗੱਲਾਂ ਹੀ ਕਰਦੇ ਨੇ, ਕੋਈ ਆਪਣੇ ਉਹਦੇ ਖੜਦਾ ਨਹੀਂ ਗਿਆ ਉਹਦੇ ਤੇ। ਤੁਹਾਡੀ ਵੋਟ ਬਣੀ ਹੈ? ਹਾਂਜੀ, ਵੋਟ ਬਣੀ ਹੈ ਮੇਰੀ। ਕਿੰਨੀ ਵਾਰੀ ਵੋਟ ਪਾਈ ਹੈ? ਮੈਂ ਹੁਣ ਫਸਟ ਟਾਈਮ ਪਾਣੀ ਸੀ, ਪਰ ਪਾਣੀ ਨਹੀਂ ਗਈ ਮੈਂ ਵੋਟ। ਨਿਰਾਸ਼ ਹੋ ਸਾਰਿਆਂ ਤੋਂ? ਨਿਰਾਸ਼ ਨਹੀਂ। ਨੋਟਾਂ ਨਹੀਂ ਦੱਬਦੇ ਫਿਰ? ਨਹੀਂ। ਅੱਛਾ, ਸਰਕਾਰ ਸੈਂਟਰ 'ਚ ਕਿਹਦੀ ਆਉਣ ਦੀ ਉਮੀਦ ਹੈ? ਇਹ ਤਾਂ ਹੁਣ ਦੇਖੋ ਜੀ ਕੀ ਬਣਦਾ ਜੀ, ਮੌਕੇ 'ਤੇ ਪਤਾ ਲੱਗੂਗਾ ਜੀ। ਅੱਛਾ, ਇਹ ਨੇ ਜਸ਼ਨਦੀਪ, ਜਿਹੜਾ ਜਵਾਰਿਆਂ ਦਾ ਵੀਟ ਗ੍ਰਾਸ ਕਣਕ ਦਾ ਜਿਹੜਾ ਜੂਸ ਕੱਢ ਕੇ ਪਿਆ ਰਹੇ ਨੇ। ਸੋ ਪੜ੍ਹੇ ਲਿਖੇ ਪਰਿਵਾਰ 'ਚੋਂ ਨੇ, ਸਿਹਤਮੰਦ ਨੌਜਵਾਨ ਨੇ। ਅਤੇ ਇੱਕ ਹੋਰ ਦੱਸੋ, ਨਸ਼ਾ 2 ਸਾਲਾਂ ਦੇ ਦੌਰਾਨ ਘਟਿਆ ਕਿ ਵਧਿਆ? ਨਸ਼ਾ ਤਾਂ ਉਵੇਂ ਚੱਲ ਰਿਹਾ, ਇੰਨਾ ਘੱਟ ਰਿਹਾ ਨਾ ਵੱਧ ਰਿਹਾ, ਉਵੇਂ ਦੌਰ ਚੱਲ ਰਿਹਾ ਉਨਾ ਹੀ ਹੁਣ ਚੱਲ ਰਿਹਾ, ਕਾਂਗਰਸ ਵੇਲੇ ਚੱਲ ਰਿਹਾ, ਕੋਈ ਫਰਕ ਨਹੀਂ ਗਈ। ਇਹ ਜੂਸ ਪੀਣ ਦਾ ਰੁਝਾਨ ਲੋਕਾਂ 'ਚ ਕਾਫੀ ਹੈ? ਹਾਂਜੀ, ਬਹੁਤ ਜ਼ਿਆਦਾ ਜੀ, ਬਹੁਤ ਲੋਕ ਠੀਕ ਹੋ ਰਹੇ। ਹਾਂਜੀ, 30-40 ਦਾ, 50 ਦੇ। ਕਣਕ ਖਰੇ ਖੁਦ ਬੀਜਦੇ ਹੋ? ਹਾਂਜੀ, ਔਰਗੈਨਿਕ ਕਣਕ ਖੁਦ ਬੀਜਦੇ ਹਾਂ, ਤਿਆਰ ਕਰਦੇ ਘਰ 'ਚ। ਸੋ ਇਹ ਅੱਛੀਆਂ ਚੀਜ਼ਾਂ ਨੇ। ਸੋ ਇਸ ਨੌਜਵਾਨ ਜਸ਼ਨਦੀਪ ਨੇ ਬਹੁਤ ਅੱਛੀ ਗੱਲ ਕੀਤੀ ਹੈ, ਪਰ ਇਹ ਜਿਹੜਾ ਲੋਕਤੰਤਰ ਦਾ ਜਸ਼ਨ ਹੈ, ਇਸ ਤੋਂ ਇਹ ਨਿਰਾਸ਼ ਹੈ। ਜਿਹੜਾ ਸੀਗਾ ਇਕੱਠੇ ਹੋਣ ਦਾ ਜਿਹੜਾ ਜ਼ਿਆਦਾ ਸਬੱਬ ਸੀ, ਉਹ ਸੱਥਾਂ ਸੀ, ਹੱਟੀਆਂ ਅਤੇ ਭੱਠੀਆਂ ਸੀ, ਪਰ ਹੁਣ ਪੰਜਾਬ ਦੇ ਵਿੱਚ ਇਕੱਠੇ ਹੋਣ ਦਾ ਜਿਹੜਾ ਸਬੱਬ ਹੈ, ਅਮੈਰੀਕਾ ਕੈਨੇਡਾ ਦੀ ਤਰ੍ਹਾਂ ਪਾਰਕਾਂ 'ਚ ਵੀ ਪੂਰੀਆਂ ਰੌਣਕਾਂ ਨੇ। ਸੋ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਪਟਿਆਲਾ ਬਾਗਾਂ ਅਤੇ ਰਾਗਾਂ ਦਾ ਸ਼ਹਿਰ ਹੈ, ਜਿੱਥੇ ਬਾਗ ਤਾਂ ਭਾਵੇਂ ਘੱਟ ਗਏ ਨੇ, ਪਰ ਇੱਕ ਨਵੇਂ ਬਾਗ ਕੁਛ ਚੀਜ਼ਾਂ ਆਬਾਦ ਕੀਤੀਆਂ ਨੇ। ਪਟਿਆਲੇ ਦਾ ਵਾਤਾਵਰਨ ਪਾਰਕ, ਇਨਵਾਇਰਮੈਂਟ ਪਾਰਕ, ਜਿਹੜੀ ਸੁਸਾਇਟੀ ਵੀ ਬਣੀ ਹੋਈ ਹੈ, ਬਹੁਤ ਅੱਛਾ ਕੰਮ ਕਰਦੇ ਨੇ। ਅਲੀਟ ਕਲਾਸ, ਹਰ ਕਲਾਸ ਦੇ ਲੋਕ ਇਸ ਦੇ ਮੈਂਬਰ ਨੇ, ਖੁਦ ਸਫਾਈ ਕਰਦੇ ਨੇ ਅਤੇ ਖੁਦ ਹੀ ਇਸ ਜਗ੍ਹਾ ਨੂੰ ਸਵਰਗ ਬਣਾਉਣ ਦੇ ਵਿੱਚ ਕੋਈ ਕੋਸ਼ਿਸ਼ ਕਸਰ ਨਹੀਂ ਛੱਡੀ। ਅਤੇ ਸਾਡੇ ਨਾਲ ਸੀਨੀਅਰ ਸਿਟੀਜ਼ਨ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਚੋਣਾਂ ਦੇ ਦੌਰਾਨ ਕੀ ਫਰਕ ਵੇਖਦੇ ਹੋ? ਕੋਈ ਟ੍ਰੈਂਡ ਚੇਂਜ ਹੋਏ ਨੇ ਜਾਂ ਹੋਈ ਕੁਛ? ਕੋਈ ਟ੍ਰੈਂਡ ਚੇਂਜ ਨਹੀਂ ਹੈ, ਸਿਰਫ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜੀ, ਉਹ ਸਿਖਰ 'ਤੇ ਪਹੁੰਚੀ ਹੋਈ ਹੈ, ਜਿਹੜੀ ਕਿ ਬਹੁਤ ਮਾੜੀ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਕੋਈ ਮੁੱਦਾ ਲੱਗਦਾ ਕਿ ਤੁਹਾਨੂੰ ਦਿਲ ਲਵਾਉਣਾ ਕਿਸੇ ਪਾਰਟੀ ਦਾ? ਨਹੀਂ, ਕੋਈ ਮੁੱਦਾ ਨਹੀਂ, ਸਿਰਫ ਭੱਦੀ ਸ਼ਬਦਾਵਲੀ ਨਾਲ ਭਾਰੂ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਤਬਦੀਲੀ ਦੀ ਆਸ ਫਿਲਹਾਲ ਨਜ਼ਰ ਨਹੀਂ ਆਉਂਦੀ। ਨਿਰਾਸ਼ ਨੇ ਸੰਧੂ ਸਾਹਿਬ ਇਸ ਸਾਰੇ ਵਰਤਾਰੇ ਤੋਂ, ਤੁਸੀਂ ਕੀ ਸੋਚਦੇ ਹੋ? ਮੈਂ ਤਾਂ NRI ਹੈਗਾ ਤੇ ਵੋਟ ਦਾ ਅਧਿਕਾਰ ਵੀ ਨਹੀਂ ਹੈ। ਪਰ ਕਿੱਥੋਂ ਆਏ ਹੋ? ਆਈ ਐਮ ਲਿਵਿੰਗ ਇਨ ਜਰਮਨੀ। ਜਰਮਨੀ, ਓਕੇ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਸਾਡੇ ਪੋਲੀਟੀਸ਼ੀਅਨਸ ਨੂੰ, ਕਿ ਜਿਵੇਂ ਉਹ ਮੰਦੀ ਭਾਸ਼ਾ ਬੋਲਦੇ ਇੱਕ ਦੂਜੇ ਦੇ ਅਗੇਂਸਟ, ਇਹ ਅਸੀਂ 40 ਸਾਲ 'ਚ ਮੈਂ ਨਹੀਂ ਸੁਣੀ ਕਦੇ। ਇਹ ਨਹੀਂ ਬੋਲਣੀ ਹਕੀਕਤਾਂ ਕੀ ਨੇ? NRI ਮੀਡੀਆ, NRI ਲੋਕ ਬੜਾ ਕੋਸ਼ਿਸ਼ਾਂ ਕਰਦੇ ਨੇ ਹਰ ਪਾਰਟੀ ਵੇਲੇ ਕੋਈ ਤਬਦੀਲੀ ਆਵੇ, ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆ ਰਹੀ? ਅਸੀਂ ਇਹ ਉੱਥੇ ਬੈਠੇ ਜਦੋਂ ਹੁੰਦੇ ਹਾਂ, ਅਸੀਂ ਇੰਡੀਆ ਦੀਆਂ ਗੱਲਾਂ ਕਰਦੇ ਜਿੱਥੇ ਵੀ ਕਿਤੇ ਬੈਠਦੇ ਹਾਂ, ਅਤੇ ਇੱਥੇ ਬੈਠ ਕੇ ਅਸੀਂ ਫੋਰਨ ਦੀਆਂ ਗੱਲਾਂ ਨਹੀਂ ਕਰਦੇ। ਪੇਕਿਆਂ ਤੋਂ ਠੰਡੀ ਵਾਹ ਆਉਂਦੀ ਨਹੀਂ,
जागरूक हो पिंडां च वी शहरां च वी हर जगह मोदी फिर आ रहा नहीं ये तो हम नहीं कहा जा सकता सानू तो उस सरकार का ही फायदा जो एन आर आई लई जिहड़े उन्होंने प्रॉब्लम बहर आउंदियां उन्होंने जां इत्थे आउंदियां जिवें उन्होंने हल कर अगे एन आर आई बहुत आए सी वोटां दे दौरान इस बार घट ने ज़्यादा देर जिहड़े एन आर आई उत्थों दे मुताबक जो सोचते आ ते इत्थे अजे कंपैरिजन अपने आप नूं करदे आ इस दफा एन आर आई बिल्कुल चुप आ कदे और किसी पोलीटिशियन ने अज तक एन आर आई का मुद्दा नहीं लाया गालां का मुद्दा जरूर उठाउंदे आ पर एन आर आई का मुद्दा नहीं उठाया कि अं करें कोई बंद पॉलिटिक किसी दिन नहीं उठाया सी बादल साहब एन आर आई समागम च कहते हूँ तो एन आर आई जेल भी स्पैशल बनावांगे की कहना चाहते परमिंदर जी मैं तो सिर्फ यही गल कहना चाहना भी गल्लां होई ने सिर्फ जुमले चेंज होए ने पहला जो 2014 के इलैक्शन जुमले होर सी ते हुण जुमले कुछ होर दिखाए जा रहे हैं इलैक्शन भी जुमलों से जीती जा रही है इलैक्शन भी जुमलों से जीती जा रही है ਸਾਡੇ ਸ਼ਹੀਦ ਫੌਜੀ ਵੀਰਾਂ ਦੀ ਕਾਰਵਾਈਆਂ ਤੇ ਜਿੱਤੀ ਜਾ ਰਹੀ ਹੈ ਮਤਲਬ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਉਹਦਾ ਕੈਸ਼ ਹੋਏਗਾ ਪੁਲਵਾਮਾ ਉਹ ਹਾਂ ਬਿਲਕੁਲ ਕੈਸ਼ ਕਰ ਰਹੇ ਨੇ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦਾ ਜਾਂ ਨਹੀਂ ਹੁੰਦਾ ਇਹ ਬਾਅਦ ਦੀ ਗੱਲ ਹੈ ਪਰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸਾਬਕਾ ਜਿਹੜੇ ਨੇ ਰੈਵਨਿਊ ਹਾਇਰ ਅਧਿਕਾਰੀ ਆਪਣੇ ਨਾਲ ਜੁੜੇ ਨੇ ਅਮਰਜੀਤ ਸਿੰਘ ਘੱਗਾ ਘੱਗਾ ਸਾਹਿਬ ਸਵਾਗਤ ਸਵਾਗਤ ਜੀ ਟਿਵਾਣਾ ਸਾਹਿਬ ਮੋਦੀ ਸਾਹਿਬ ਫਿਰ ਆ ਰਹੇ ਤੁਹਾਡੇ ਮਿੱਤਰ ਕਹਿੰਦੇ ਮੋਦੀ ਸਾਹਿਬ ਦਾ ਇਹ ਬੜਾ ਮੁਸ਼ਕਲ ਹੈ ਜਿਹੜਾ ਇਹਦਾ ਆਨਸਰ ਦੇਣਾ ਕਿਉਂਕਿ ਹਲੇ ਬਹੁਮਤ ਉਹਨਾਂ ਕੋਲ ਜਾਪਦਾ ਵੈਸੇ ਸੱਚੀ ਗੱਲ ਤਾਂ ਇਹ ਹੈ ਨਹੀਂ ਜਿੱਦਾਂ ਹਵਾਵਾਂ ਚੱਲ ਰਹੀਆਂ ਨੇ ਉਹਦੇ ਹਿਸਾਬ ਨਾਲ 200-210 ਤੱਕ ਸਿਮਟ ਕੇ ਰਹਿ ਜਾਣਗੇ ਕਿਉਂਕਿ ਦੂਸਰਿਆਂ 'ਚ ਕਾਬਲੀਅਤ ਨਹੀਂ ਮੋਦੀ ਸਾਹਿਬ ਦੀ ਇਹ ਪ੍ਰਾਪਤੀ ਹੈ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਕਾਬਲੀਅਤ ਤਾਂ ਕਿਸੇ ਨੂੰ ਤੁਸੀਂ ਮੌਕਾ ਦਿਓਗੇ ਉਸੇ ਵੇਲੇ ਕਾਬਲੀਅਤ ਸਾਬਤ ਹੋਏਗੀ ਨਹੀਂ ਹੋ ਸਕੇ ਮਤਲਬ ਕਾਂਗਰਸ ਤੇ ਗੱਠਜੋੜੇ ਵੀ ਇੱਕ ਕਾਰਨ ਹੈ ਬੀਜੇਪੀ ਦੇ ਜਿੱਤਣ ਵੱਲੋਂ ਜਾਣ ਦਾ ਬਿਲਕੁਲ ਇਹ ਬਿਲਕੁਲ ਸਹੀ ਕਿਹਾ ਤੁਸੀਂ ਜੇ ਉਹ ਇਕੱਠੇ ਹੋ ਜਾਂਦੇ ਪਰ ਇਹਨਾਂ ਦੀ ਆਪਸ ਕੁਝ ਪਰਸਨੈਲਿਟੀਜ਼ ਦਾ ਜਿਹੜਾ ਕਲੈਸ਼ ਹੈਗਾ ਇਸ ਕਰਕੇ ਇਕੱਠੇ ਨਹੀਂ ਹੋ ਸਕੇ ਤੇ ਅੱਗੇ ਨੂੰ ਵੀ ਮੈਨੂੰ ਤਾਂ ਲੱਗਦਾ ਕੋਈ ਇਹਨਾਂ ਦੀ ਸੰਭਾਵਨਾ ਨਹੀਂ ਇਕੱਠੇ ਹੋਣ ਦੀ ਪਰ ਇਹਦੇ ਵਿੱਚ ਟੈਕਸ ਸਿਸਟਮ ਨਾਲ ਜੁੜੇ ਹੋ ਨੋਟਬੰਦੀ GST ਕੀ ਲੱਗਦਾ ਹੈ ਮੁੱਦਾ ਨੁਕਸਾਨਦਾਇਕ ਰਹੇਗਾ ਜਾਂ ਫਾਇਦੇਮੰਦ ਬਿਲਕੁਲ ਰਹੇਗਾ ਟੂ ਸਮ ਐਕਸਟੈਂਟ ਪਰ ਪਿੱਛੇ ਅਸੀਂ ਰਾਜਸਥਾਨ ਦੀਆਂ ਇਲੈਕਸ਼ਨਾਂ ਜਾਂ ਮੱਧ ਪ੍ਰਦੇਸ਼ ਦੀਆਂ ਇਲੈਕਸ਼ਨਾਂ ਦੇਖੀਆਂ ਨੇ ਉੱਥੇ ਵੀ BJP 15 ਸਾਲ ਦੀ ਇਨਕੰਬੈਂਸੀ ਤੋਂ ਬਾਅਦ ਵੀ ਅਤੇ ਇਹ ਮੁੱਦੇ ਉਸ ਵੇਲੇ ਵੀ ਸੀ ਤਾਂ ਵੀ ਉਹ ਕਰੀਬਨ ਸਰਕਾਰ ਬਣਾਉਣ ਦੇ ਨਜ਼ਦੀਕ ਪਹੁੰਚ ਚੁੱਕੇ ਨੇ ਸਰਕਾਰਾਂ ਹਾਰੇ ਜ਼ਰੂਰ ਨੇ ਪਰ ਬਣਾਉਣ ਦੇ ਨਜ਼ਦੀਕ ਪਹੁੰਚ ਚੁੱਕੇ ਨੇ ਤੁਸੀਂ ਮੈਂ ਸਾਰੇ ਬੰਦੇ ਇਹ ਸੋਚਦੇ ਸੀਗੇ ਵੀ ਇਹ ਇਹਨਾਂ ਦਾ ਸਫਾਇਆ ਹੋ ਜਾਏਗਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਉਹੀ ਜਿਹੜੀ ਮੈਂ ਫਿਰ ਤੁਹਾਨੂੰ ਪਹਿਲੇ ਕਿਹਾ ਵੀ 220 ਤੱਕ ਇਹ ਸਿਮਟ ਕੇ ਰਹਿ ਜੂਗੀ ਇੰਪੈਕਟ ਜ਼ਰੂਰ ਪਏਗਾ ਜੀ ਠੀਕ ਹੈ ਨਾ ਸੋ ਘੱਗਾ ਸਾਹਿਬ ਨੇ ਵਿਚਾਰ ਦਿੱਤੇ ਨੇ ਅਤੇ ਆਪਣੇ ਨਾਲ ਸਾਬਕਾ ਪੁਲਿਸ ਦੇ ਉੱਚ ਅਧਿਕਾਰੀ ਸਾਹਿਬ ਗੁਰਦੀਪ ਸਿੰਘ ਜੁੜੇ ਨੇ ਗੁਰਦੀਪ ਸਿੰਘ ਜੀ ਕੀ ਟ੍ਰੈਂਡ ਲੱਗਦਾ ਹੈ ਪੰਜਾਬ ਦੇ ਸੰਦਰਭ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਾਂ ਕੀ ਤੁਹਾਨੂੰ ਰਹੇਗਾ ਜੋ ਮੈਂ ਸਮਝਦਾ ਹੈ ਕਾਂਗਰਸ ਦੀ ਮਿਨਿਸਟਰੀ ਹੋਣ ਕਰਕੇ ਉਹਨੂੰ ਬੈਨੀਫਿਟ ਤਾਂ ਜਾਏਗਾ ਹੀ ਲਾਅ ਐਂਡ ਆਰਡਰ ਐਡਾ ਵਧੀਆ ਤਾਂ ਨਹੀਂ ਕਿਹਾ ਜਾ ਸਕਦਾ ਵੀ ਲਾਅ ਐਂਡ ਆਰਡਰ ਐਡਾ ਵਧੀਆ ਹੈ ਪਰ 13 ਦੀਆਂ 13 ਆਉਂਦੀਆਂ ਜਾਂ 13 ਤਾਂ ਨਹੀਂ ਆਉਂਦੀਆਂ ਪਰ ਜਿਸ ਤਰ੍ਹਾਂ ਹੁਣ ਸੰਨੀ ਦਿਓਲ ਦਾ ਵੇਖਿਆ ਕੱਲ੍ਹ ਜਿਹੜਾ ਉਹਨਾਂ ਦਾ ਪੈਕਟ ਪਿਆ ਹੈ ਜੀ ਗੁਰਦਾਸਪੁਰ ਦੇ ਵਿੱਚ ਹੋ ਸਕਦਾ ਉਹਦਾ ਅਸਰ ਹੁਸ਼ਿਆਰਪੁਰ ਦੇ ਵਿੱਚ ਪਲੱਸ ਗੁਰਦਾਸਪੁਰ ਦੇ ਵਿੱਚ ਪਵੇ ਮੇਰਾ ਖਿਆਲ BJP ਅਕਾਲੀ ਦਲ ਜਿਹੜਾ 4 ਸੀਟਾਂ ਜਿਹੜੀ ਉਹ ਲੈ ਜਾਏਗਾ ਔਰ ਨਾਂ ਜਿਹੜੇ ਹੈ ਪਰ ਜੇ ਆਪਾਂ ਦੇਖਦੇ ਹਾਂ ਟ੍ਰੈਂਡ ਲੋਕਾਂ ਦਾ ਗੁਟਕਾ ਸਾਹਿਬ ਮਹਾਰਾਜ ਸਾਹਿਬ ਦੀ ਸੌਂ ਖਾਣ ਵਾਲੀ ਗੱਲ ਐਂਡ ਬੇਅਦਬੀ ਜਿਹੜੀ ਗੁਰੂ ਅਕਾਲੀਆਂ ਦੇ ਰਾਜ 'ਚ ਹੋਈ ਹੈ ਲੋਕਾਂ ਨੇ ਉਹ ਜ਼ਿਆਦਾ ਲਿਆ ਹੋਇਆ ਜਿਹੜੇ ਅਸਲ ਮੁੱਦੇ ਡੈਮੇਜ ਕੰਟਰੋਲ ਕਰ ਗਏ ਅਕਾਲੀ ਦਲ ਇੰਪਰੂਵ ਕੀਤਾ ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਕਰ ਗਏ ਦਾ ਇਲੈਕਸ਼ਨ 'ਚ ਲੜਨਾ ਪਾਰਟੀ ਜਿਹੜੇ ਬਾਕੀ ਵਰਕਰ ਜੋ ਆਪਣਾ ਇਫੈਕਟ ਪਏਗਾ ਇੱਕ ਜਰਨੈਲ ਦਾ ਆਪ ਆ ਜਾਣਾ ਫੀਲਡ ਦੇ ਵਿੱਚ ਬਠਿੰਡਾ ਸੀਟ ਕੀ ਲੱਗਦਾ ਹੈ ਬਠਿੰਡਾ ਅਲਟੀਮੇਟਲੀ ਮੇਰਾ ਖਿਆਲ ਆ ਜਾਣਗੇ ਹਰਸਿਮਰਤ ਲੈ ਜਾਏਗੀ ਔਰ 4 ਸੀਟਾਂ ਜਿਹੜੀਆਂ ਹੈਗੀਆਂ ਮੈਂ ਸਮਝਦਾ ਹੈਗਾ ਅਕਾਲੀ ਦਲ ਪਲੱਸ BJP ਅਲਾਈਅੰਸ ਜਿਹੜਾ ਉਹ 4 ਲੈ ਜਾਏਗਾ ਨੌਂ ਕਾਂਗਰਸ ਸੈਂਟਰ 'ਚ ਕੀ ਸਥਿਤੀ ਹੈ ਸਾਗਰਦੀਪ ਸਿੰਘ ਜੀ ਦੇਖੋ 32% ਨਾਲ 31% ਕੁਝ ਵੋਟਾਂ ਨਾਲ 2/3 ਮੈਜੋਰਟੀ ਲੈ ਕੇ ਗਏ ਹੋਏ ਆ BJP ਵਾਲੇ ਮੀਨ 68% ਲੋਕ ਜਿਹੜੇ ਲਾਸਟ ਇਲੈਕਸ਼ਨ ਸੀ 68% ਲੋਕ ਅਗੇਂਸਟ ਸੀਗੇ ਹੁਣ 32 ਤੱਕ ਤਾਂ ਮੇਨਟੇਨ ਕਰਕੇ ਰੱਖਣਗੇ ਕਿਹੜੀ ਕਿਹੜੀ ਸੀਟ ਜਿੱਤਦੇ ਆ ਸੀਟਾਂ 'ਤੇ ਡਿਪੈਂਡ ਕਰਦਾ ਪਰ ਜਿਹਨਗੇ ਇਨਕੰਬੈਂਸੀ ਫੈਕਟਰ ਵੀ ਹੈ ਪਰ ਮਿਨਿਸਟਰੀ ਫਾਰਮ ਕਰ ਜਾਏਗੀ ਮੇਰਾ ਖਿਆਲ BJP ਅਲਾਈਅੰਸ ਜਿਹੜਾ ਹੈ ਜਿਹਨੂੰ ਕਹਿੰਦੇ ਆਪਾਂ NDA ਹੀ ਮਿਨਿਸਟਰੀ ਫਾਰਮ ਕਰੇਗੀ UPA ਦੇ ਇਹਨੇ ਚਾਂਸਸ ਨਹੀਂ ਬਣ ਰਹੇ ਮਿਨਿਸਟਰੀ ਫਾਰਮ ਕਰਨ ਦੇ ਵਿੱਚ UPA ਗਰੁੱਪ ਜਾਂ ਗੱਠਜੋੜ ਇਕੱਠਾ ਨਹੀਂ ਹੋ ਸਕਿਆ ਜਿਹੜਾ ਭਾਨੂਬੱਤੀ ਨੇ ਕੁਨਬਾ ਜੋੜਿਆ ਉਹਦੀ ਇੱਟ ਰੋੜਾ ਖਿੰਡੀ ਜਾਂਦੀ ਹੈ ਤੁਸੀਂ ਕੀ ਸੋਚਦੇ ਹੋ ਮੈਂ ਸੋਚਦਾ ਕਿ ਮੁੱਦਾ ਜਿਹੜਾ ਅਸਲੀ ਵੋਟਰਸ ਨੂੰ ਦੇਖਣਾ ਚਾਹੀਦਾ ਉਹ ਹੋਣਾ ਚਾਹੀਦਾ ਵਿਕਾਸ ਡਿਵੈਲਪਮੈਂਟ ਬੇਰੁਜ਼ਗਾਰੀ ਦੀਆਂ ਪ੍ਰੋਬਲਮਸ ਮਹਿੰਗਾਈ ਦੀ ਪ੍ਰੋਬਲਮ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਨੇ ਇਹ ਜ਼ਿਆਦਾ ਲੋਕ ਧਿਆਨ 'ਚ ਰੱਖਣਗੇ ਲੋਕ ਬੜੇ ਸਿਆਣੇ ਨੇ ਤਾਂ ਇਹ ਨਹੀਂ ਹੈ ਕਿ ਉਹ ਲੋਕਾਂ ਪਾਰਟੀਆਂ ਦੀ ਗੱਲਾਂ 'ਚ ਆ ਜਾਣਗੇ ਔਰ ਇਹ ਕਹਿਣਾ ਬੜਾ ਮੁਸ਼ਕਲ ਹੈ ਕੌਣ ਪਾਰਟੀ ਆਏਗੀ ਬੜਾ ਮੁਕਾਬਲਾ ਬੜਾ
ਫਸਿਆ ਹੋਇਆ। ਮਿਹਰਬਾਨੀ, ਲੋਕਾਂ ਨਾਲ ਜੁੜੀ ਗਰਾਊਂਡ ਰਿਪੋਰਟਿੰਗ ਤੋਂ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਆਪਣੇ ਚੈਨਲ 'ਤੇ ਅਕਸਰ ਜੁੜਦੇ ਨੇ ਅਜੀਤ ਅਖਬਾਰ ਸਮੂਹ ਤੋਂ ਸੀਨੀਅਰ ਪੱਤਰਕਾਰ ਸਾਹਿਬ ਜਸਪਾਲ ਸਿੰਘ ਢਿੱਲੋਂ ਸਾਹਿਬ, ਖੜ੍ਹੇ ਹੀ ਹੋ ਜਾਓ ਬਰਾਬਰ ਜੇ ਆ ਜੂਗਾ ਮਾਈਕ। ਅਤੇ ਢਿੱਲੋਂ ਸਾਹਿਬ, ਜਿਸ ਤਰ੍ਹਾਂ ਭਾਅ ਜੀ ਹੋਰਾਂ ਨੇ ਸਾਰਿਆਂ ਨੇ ਆਖਿਆ ਕਿ ਅੱਗਾ ਸਾਹਿਬ ਹੋਰਾਂ ਨੇ, ਗੁਰਦੀਪ ਸਿੰਘ ਹੋਰਾਂ ਨੇ, ਕਿ ਜਿਹੜੇ ਲੋਕ ਲੁਭਾਊ ਮੁੱਦੇ ਨੇ ਉਹ ਲਿਆਉਂਦੇ ਜਾ ਰਹੇ ਨੇ, ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਕਿੱਥੇ ਕੁ ਖੜ੍ਹੀ ਹੈ? ਟਵਾਣਾ ਸਾਹਿਬ, ਗੱਲ ਇਹ ਹੈ ਕਿ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਨੇ ਜੀ, ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ, ਲੋਕਾਂ ਨੂੰ ਰੁਜ਼ਗਾਰ ਦੇਣ ਦਾ ਮੁੱਦਾ, ਕਰੋੜਾਂ ਰੁਪਈਆ ਹਰ ਮਹੀਨੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਫੀਸਾਂ ਦੇ ਰੂਪ ਦੇ ਵਿੱਚ ਜਾ ਰਿਹਾ, ਉਹ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਕਿਤੇ ਵੀ ਕਿਸੇ ਪਾਰਟੀ ਨੇ ਨਹੀਂ ਚੁੱਕੇ। ਜਿਹੜੀ ਇਸ ਸਭ ਤੋਂ ਵੱਡੀ ਸਮੱਸਿਆ ਵੱਧਦੀ ਵੱਧਦੀ ਹੈ, ਉਹ ਬਿਲਕੁਲ ਗਾਇਬ ਹੈ। ਕਿਸੇ ਵੀ ਜਿਹੜੀ ਸਿਆਸੀ ਪਾਰਟੀ ਆ ਉਹਦਾ ਚੋਰ ਮੁੱਦਾ ਨਹੀਂ ਹੈਗਾ। ਜ ਅਸੀਂ ਸਾਰੇ ਦਾ ਸਾਰਾ ਜਿਹੜਾ ਹੈਗਾ ਜ਼ੋਰ ਪ੍ਰਧਾਨ ਮੰਤਰੀ ਸਾਹਿਬ ਨੇ GST ਅਤੇ ਨੋਟਬੰਦੀ ਨੂੰ ਲੈ ਕੇ ਆਉਂਦਾ, ਔਰ ਜਦੋਂ ਕਿ ਹੁਣ ਪ੍ਰਚਾਰ ਕਰਦੇ ਨੇ ਨਾ GST ਹੈ ਨਾ ਨੋਟਬੰਦੀ ਹੈ ਉਹਨਾਂ ਦੇ ਪ੍ਰਚਾਰ ਦੇ ਵਿੱਚ, ਰਾਸ਼ਟਰਵਾਦ, ਹੁਣ ਰਾਸ਼ਟਰਵਾਦ ਦੀ ਗੱਲ ਕਰਦੇ ਨੇ ਕਿ ਰਾਸ਼ਟਰਵਾਦ ਹੁਣ ਯਾਦ ਆਇਆ 5ਵੇਂ ਸਾਲ ਦੇ ਵਿੱਚ ਜਾ ਕੇ। ਇਸ ਕਰਕੇ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਖੁਦਕੁਸ਼ੀਆਂ ਕਿਸੇ ਪਾਰਟੀ ਦਾ ਕੋਈ ਮੁੱਦਾ ਨਹੀਂ ਹੈਗਾ, ਵੀ ਕਿਉਂ ਖੁਦਕੁਸ਼ੀਆਂ ਹੋਈਆਂ ਨੇ, ਉਹਦਾ ਕਾਰਨ ਕੀ ਹੈ? ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੇ ਨੇ, ਕਿਉਂ ਹੋ ਰਹੇ ਨੇ? 2 ਸਾਲ 'ਚ ਨਸ਼ੇ ਵਧੇ ਘਟੇ ਪੰਜਾਬ 'ਚ? ਪੰਜਾਬ ਦੇ ਵਿੱਚ ਦੇਖੋ ਦੇਖੋ ਫਰਕ ਤਾਂ ਪਿਆ ਹੈਗਾ, ਪਰ ਜਿਸ ਲੈਵਲ ਤੱਕ ਪੈਣਾ ਚਾਹੀਦਾ ਸੀ ਉਸ ਲੈਵਲ ਤੱਕ ਫਰਕ ਨਹੀਂ ਪਿਆ ਹੈਗਾ। ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਜਿੰਨਾ ਕੁ ਜ਼ੋਰ ਲਾਇਆ, ਮੈਂ ਸਮਝਦਾ ਕਿ ਜਿਹੜੀ ਕੋਈ ਚੀਜ਼ ਵਾਪਰੇ ਉਹ ਇੱਕੇਦਮ ਬੰਦ ਨਹੀਂ ਹੋ ਸਕਦੀ ਹੁੰਦੀ, ਜੇ ਉਹ ਹੌਲੀ ਹੌਲੀ ਬੰਦ ਹੋ ਜੇ ਤਾਂ। ਅਜੇ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਲੋਕ ਨਸ਼ਿਆਂ ਵੱਲ ਚੱਲੇ ਕਿਉਂ ਨੇ, ਨੌਜਵਾਨ ਨਸ਼ਿਆਂ ਵੱਲ ਕਿਉਂ ਗਿਆ? ਨੌਜਵਾਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਆਟਾ ਦਾਲ ਦੇ ਦਿਓ, ਦੂਜਾ ਕਹਿੰਦਾ ਮੈਂ ਚਾਹ ਪੱਤੀ ਦੇਵਾਂਗਾ। ਮੈਂ ਇਹ ਕਹਿੰਦਾ ਵੀ ਨਾ ਆਟੇ ਦਾਲ ਦੀ ਲੋੜ ਹੈ ਨਾ ਚਾਹ ਪੱਤੀ ਦੀ ਲੋੜ ਹੈ, ਲੋੜ ਹੈਗੀ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ, ਚਾਹ ਪੱਤੀ ਆਟਾ ਆਪੇ ਲੈ ਲੈਣਗੇ। ਬੇਅਦਬੀ ਮਾਮਲਾ ਅਕਾਲੀ ਦਲ 'ਚ ਡੰਡ ਪਾ ਰਿਹਾ? ਬਿਲਕੁਲ ਪਾ ਰਿਹਾ ਜੀ, ਬੇਅਦਬੀ ਦਾ। ਜਦੋਂ ਪਿੰਡਾਂ ਦੇ ਵਿੱਚ ਜਾਓਗੇ ਵੱਡੀ ਪੱਧਰ 'ਤੇ ਲੋਕਾਂ ਦੇ ਵਿੱਚ ਬੇਅਦਬੀ ਦਾ ਮਾਮਲਾ ਲੋਕਾਂ ਦੇ ਸਾਹਮਣੇ ਹੈਗਾ। ਠੀਕ ਹੈ, ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦਾ ਕੋਸ਼ਿਸ਼ ਕੀਤਾ, ਪਰ ਉਹਦਾ ਢੰਗ ਜਿਹੜਾ ਹੈਗਾ ਸਹੀ ਨਹੀਂ ਵਰਤਿਆ। ਨਾ ਤਾਂ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਬੁਲਾਇਆ ਸੀ, ਆਪਣੇ ਆਪ ਹੀ ਜਾ ਕੇ ਉਹ ਅਕਾਲ ਤਖ਼ਤ ਮਾਫੀ ਮੰਗ ਲਈ। ਖਹਿਰਾ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਕੀ ਸਥਿਤੀ ਰਹਿ ਰਹੀ ਹੈ? ਨਹੀਂ, ਬਹੁਤ ਸੀਟਾਂ ਜਾ ਰਹੇ ਨੇ, ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨਾਂ ਨੂੰ ਦੋਨੇ ਤਰ੍ਹਾਂ ਖਤਮ, ਦੋਨੇ ਤਰ੍ਹਾਂ ਦਾ ਦੇਖੋ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈਗਾ, ਆਪਾਂ ਕੁਛ ਨਹੀਂ ਕਰ ਸਕਦੇ। ਮੇਰਾ ਕਹਿ ਸਕਦਾ ਵੀ ਅਜੇ ਉਹ ਗੱਲ ਨਹੀਂ ਬਣਦੀ ਜੋ ਪਿਛਲੀ ਵਾਰ ਬਣੀ ਸੀ ਜੀ। ਢਿੱਲੇ ਹੋ ਗਏ ਗਰਦਨ ਦੇ ਮੂੰਗੇ, ਲੱਸੀ ਹੋ ਗਈ ਤੂੰ ਬਚਨੋ ਜੀ। ਸੋ ਇਸ ਦੌਰਾਨ ਚਾਹ ਵੀ ਆ ਗਈ ਆ ਪਾਰਕ ਦੇ ਵਿੱਚ, ਚਾਹ ਗਰਮ ਚੰਗੀ, ਸੜਕ ਨੂੰ ਬਰਮ ਚੰਗੀ, ਅੱਖ ਨੂੰ ਸ਼ਰਮ ਚੰਗੀ, ਪਰ ਇਹ ਚੀਜ਼ਾਂ ਮਨਫੀ ਹੋਈ ਜਾ ਰਹੀਆਂ ਨੇ। ਤੁਸੀਂ ਕੀ ਸੋਚਦੇ ਹੋ ਇਹਨਾਂ ਮੁੱਦਿਆਂ 'ਤੇ? ਕਿਹਨਾਂ ਮੁੱਦਿਆਂ 'ਤੇ? ਇਸ ਵਾਰੀ ਚੋਣਾਂ 'ਚ ਕੀ ਲੱਗਦਾ ਕਿਹੜੀ ਪਾਰਟੀ ਜਿੱਤਣ ਦੇ ਨੇੜੇ ਆ? ਹਾਲੇ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ, ਪਾਰਟੀਆਂ ਦਾ ਤਾਂ ਸਾਰੇ ਆਪੋ ਆਪਣਾ ਕੰਮ ਕਰੀ ਜਾਂਦੀਆਂ ਨੇ, ਆਪੋ ਆਪਣਾ ਪ੍ਰਚਾਰ ਕਰੀ ਜਾਂਦੀਆਂ ਨੇ ਜੀ, ਪਰ ਜੋ ਅਸਲ ਮੁੱਦੇ ਆ ਉਹਨਾਂ ਦੇ ਉੱਪਰ, ਜਿਵੇਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਆ, ਅਸਲ ਮੁੱਦਿਆਂ ਦੇ ਉੱਪਰ ਕੋਈ ਗੱਲ ਨਹੀਂ ਕਰ ਰਿਹਾ। ਉਹੀ ਮਸਲੇ ਜਿਹੜੇ ਪਿੱਛੇ ਜੀ ਜਿਹੜੇ ਜ਼ਿਆਦਾ ਹਾਈਲਾਈਟ ਹੋਈ ਜਾ ਰਹੇ ਨੇ, ਬੇਅਦਬੀ ਦਾ ਮਸਲਾ ਅਤੇ ਹੋਰ ਇਹੋ ਜਿਹਾ ਬੇਰੁਜ਼ਗਾਰੀ ਦਾ ਮਸਲਾ ਕੋਈ ਨਹੀਂ ਉਠਾ ਰਿਹਾ ਜੀ, ਖੁਦਕੁਸ਼ੀਆਂ ਦਾ ਮਸਲਾ ਕੋਈ ਨਹੀਂ ਉਠਾ ਰਿਹਾ ਜੀ, ਅਤੇ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਉਹ ਇਹਨਾਂ ਬਾਰੇ ਕੋਈ ਭਰੋਸਾ ਨਹੀਂ ਦੇ ਰਹੀਆਂ, ਕੋਈ ਕੁਛ ਨਹੀਂ ਕਰ ਰਹੀਆਂ ਜੀ। ਜਿਹੜੀਆਂ ਚੋਣਾਂ ਨੇ ਆਏ ਸਾਲ ਜਿਵੇਂ ਟੈਨਿਓਰ ਦੇ ਵਿੱਚ ਹੁੰਦੀਆਂ ਨੇ, ਉਵੇਂ ਇਹ ਵੀ ਚੋਣਾਂ ਹੋ ਕੇ ਬੀਤ ਜਾਣੀਆਂ ਨੇ, ਸਰਕਾਰਾਂ ਆਉਣੀਆਂ ਨੇ, ਸਰਕਾਰਾਂ ਜਾਣੀਆਂ ਨੇ, ਲੋਕਾਂ ਦੇ ਮੁੱਦੇ ਉੱਥੇ ਹੀ ਖੜ੍ਹੇ ਰਹਿਣੇ ਨੇ। ਆਪਾਂ ਇਵੇਂ ਹੀ ਆਪਣਾ, ਲੋਕ ਨਿਰਾਸ਼ ਨੇ, ਮਤਲਬ ਲੋਕ ਸਾਰੇ ਸਿਸਟਮ ਦਾ। ਸਾਹਿਬ ਸਾਹਿਬ ਕੀ ਸੋਚਦੇ ਹੋ ਇਸ ਇਲੈਕਸ਼ਨ ਦੇ ਦੌਰਾਨ ਕੀ ਟ੍ਰੈਂਡ ਰਹਿਣਗੇ, ਕਿਹੜੀ ਪਾਰਟੀ ਦਾ ਹੱਥ ਉੱਪਰ ਨੀਚੇ ਹੈ? ਸਰ, ਹੱਥ ਤਾਂ ਇਹ ਆ, ਜਿਵੇਂ ਆਪਾਂ ਪੰਜਾਬ ਸਰਕਾਰ ਪਹਿਲਾਂ, ਸੋਰੀ, ਅਕਾਲੀ ਦਲ ਦੀ ਕਹਿ ਸਕਦੇ ਹਾਂ ਜੀ, ਜਿਹੜਾ ਸਾਡੇ ਵੱਡੇ ਬਾਪੂ ਨਾਲ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਪੰਗਾ ਲਿਆ ਨਾ, ਉਹਨਾਂ ਨੂੰ ਦੇਣਾ ਪੈਣਾ। ਪਰ ਕੈਪਟਨ ਸਾਹਿਬ ਵੀ 2.5 ਸਾਲ ਹੋ ਗਏ ਨੇ ਲਾਰੇ ਲਾਈ ਜਾਂਦੇ ਨੇ, ਕੁਛ ਨਹੀਂ, ਸਭ ਮਿਲੇ ਹੋਏ ਨੇ, ਉਹ ਵੀ ਕਹਿੰਦੇ ਨੇ ਇਲੈਕਸ਼ਨ ਤੋਂ ਬਾਅਦ ਫੜਾਂਗੇ। ਨਹੀਂ ਭਾਜੀ, ਜੇ ਹੁਣ ਤੱਕ ਪਹਿਲਾਂ ਇਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਲਾਏ ਸੀਗੇ ਹੈ ਨਾ ਜੀ, ਬਹੁਤ ਇਮਾਨਦਾਰ ਅਫਸਰ ਸੀਗੇ, SIT ਦੇ ਨਸ਼ਿਆਂ ਦੇ ਖਿਲਾਫ ਲਾਏ ਸੀਗੇ, ਉਹ ਕਿਸੇ ਨਾ ਕਿਸੇ, ਹੁਣ ਨੂੰ ਇਹਨਾਂ ਨੂੰ ਜਿਵੇਂ ਮਜੀਠੀਆਂ ਕੰਪਨੀਆਂ ਜਿਹੜੀ ਇਹ ਫਿਰਦੀ ਆ ਨਾ, ਇਹ ਬਦਲ ਕੇ ਇਹ ਹੁਣ ਨੂੰ ਅੰਦਰ ਸੀਗੇ, ਪਰ ਇਹ ਸਭ ਮਿਲੇ ਹੋਣ ਕਰਕੇ। ਪਰ ਉਹ ਸਾਡਾ ਬਾਪ ਆ ਖਾਲੀ ਜਗ੍ਹਾ ਰੱਬਾ ਜੀ, ਇਹ ਪਰਮਾਤਮਾ ਦੇਖਦਾ, ਬੰਦਾ ਨਹੀਂ ਦੇਖਦਾ, ਪਰ ਉਹਨੇ ਰਿਜ਼ਲਟ ਮਿਲੂਗਾ। ਮਤਲਬ ਇਹ ਮੁੱਦਾ ਅਕਾਲੀਆਂ ਨੂੰ ਮਹਿੰਗਾ ਪੈ ਰਿਹਾ, ਬਹੁਤ ਵੱਡਾ, ਕਾਂਗਰਸ ਨੂੰ ਰਾਸ ਆ ਰਿਹਾ, ਨਹੀਂ ਆਉਂਦਾ ਰਾਸ, ਓਕੇ, ਜੋ ਜਿਹੜੇ ਜਾਗਰੀ ਜ਼ਮੀਰ ਵਾਲੇ ਲੋਕ ਨੇ ਉਹ ਦੇਖਦੇ ਨੇ। ਫਿਰ ਉਹ ਕਿਹਨੂੰ ਵੋਟ ਪਾਉਣਗੇ? ਉਹ ਲੋਕ ਕੈਪਟਨ ਨੇ ਵੀ ਨਹੀਂ ਕੁਛ ਕੀਤਾ, ਗੱਠਜੋੜ ਨੂੰ ਪਾਉਣਗੇ, ਖਹਿਰੇ ਨੂੰ ਪਾਉਣਗੇ, ਜਾਂ
ਵੀ ਉਹਨਾਂ ਦੀ ਜਿਹੜੀ ਆਪਣਾ ਕਹਿੰਦੇ ਆਤਮਾ ਨੂੰ ਇਸ ਵਾਰੀ ਚਿਹਰੇ ਕੈਸ਼ ਹੋ ਰਹੇ ਨੇ, ਭਾਵੇਂ ਬੀਬੀ ਖਾਲੜਾ ਹੋਵੇ, ਉਹਨਾਂ ਦਾ ਸਾਫ ਅਕਸ ਕੈਸ਼ ਹੋ ਰਿਹਾ ਸਿਆਸਤ ਦੇ ਵਿੱਚ। ਸਨੀ ਦਿਓਲ ਦਾ ਵੀ ਹੋ ਰਿਹਾ, ਬੀਜੇਪੀ ਦੇ ਜਿਹੜੇ ਡੈਂਟ ਪਏ ਨੇ ਉਹਨੇ ਸਨੀ ਦਿਓਲ ਨੂੰ ਲਾ ਕੇ ਉਹ ਧੋ ਦਿੱਤਾ, ਕਲੰਕ ਧੋ ਦਿੱਤਾ। ਇਹ 'ਚ ਫੇਸ ਨਹੀਂ, ਹਾਂ ਫੇਸ ਵੈਲਿਊ ਕੰਮ ਕਰਦੀ, ਫੇਸ ਵੈਲਿਊ ਕੰਮ ਕਰ ਰਹੀ ਹੈ। ਇਸ ਬਾਰੇ ਹੋਰ ਸੱਜਣਾਂ ਤੋਂ ਜਾਣਾਂਗੇ ਕਿ ਫੇਸ ਵੈਲਿਊ ਕਿੰਨੀ ਕੁ ਕੰਮ ਕਰਦੀ ਹੈ। ਨੌਜਵਾਨ ਪੀੜ੍ਹੀ ਤੋਂ ਪੁੱਛਦੇ ਹਾਂ, ਨੌਜਵਾਨੀ ਕੀ ਸੋਚਦੀ ਹੈ ਇਹਨਾਂ ਨੇਤਾਵਾਂ ਦੇ ਬਾਰੇ, ਕੀ ਲੱਗਦਾ? ਤੁਸੀਂ ਸਟੂਡੈਂਟ ਹੋ, ਕਾਫੀ ਡੋਲੇ ਛੋਲੇ ਬਣਾਉਂਦੇ ਹੋ, ਨੌਕਰੀਆਂ ਦੇ ਬਾਰੇ ਕੀ ਹਾਲ ਹੈ? ਨੌਕਰੀਆਂ ਦਾ ਬੁਰਾ ਹਾਲ ਹੈ ਜੀ। ਜੀ, ਅਤੇ ਦੇਖੋ ਆਪਣੀ ਸਰਕਾਰ ਹੈ ਜਿਹੜੀਆਂ ਵੀ ਨੇ, ਆਟੇ ਦਾਲ ਦੀ ਸਕੀਮਾਂ ਤੋਂ ਉੱਪਰ ਤਾਂ ਆਪਾਂ ਉੱਠ ਨਹੀਂ ਰਹੇ ਜੀ। ਜੀ, ਉਹ ਹਰੇਕ ਵਾਰੀ ਕੋਈ ਕਹਿੰਦੀ ਆਟਾ, ਕੋਈ ਕਹਿੰਦੀ ਦਾਲ, ਕੋਈ ਕਹਿੰਦੀ ਚਾਹ ਪੱਤੀ, ਉਹ ਜਿੰਨਾ ਚਿਰ ਆਪਾਂ ਰੁਜ਼ਗਾਰ ਬਾਰੇ ਸੋਚੀਏ। ਸਾਹਿਬ ਕਹਿੰਦੇ ਨੌਕਰੀਆਂ ਕਾਫੀ ਦਿੱਤੀਆਂ ਨੇ, ਕਿੰਨੀਆਂ ਮਿਲੀਆਂ? ਉਹ ਕਿਸੇ ਨੂੰ ਨਹੀਂ ਮਿਲੀਆਂ ਜੀ। ਸਭ ਨਸ਼ਾ ਬੰਦ ਹੋ ਗਿਆ, ਨਸ਼ਾ ਤਾਂ ਉਵੇਂ ਚੱਲ ਰਿਹਾ ਜੀ, ਸਾਰੇ ਪਾਸੇ ਦੇਖੋਗੇ, ਜਿੱਧਰ ਮਰਜ਼ੀ ਦੇਖੋ ਸਾਰੇ ਪਾਸੇ ਨਸ਼ਾ ਚੱਲ ਰਿਹਾ ਜੀ। ਜੀ, ਅਤੇ ਇਹ ਤਾਂ ਸਾਰੇ ਵਾਅਦੇ ਚੱਲ ਰਹੇ ਨੇ ਜੀ, ਹੋਰ ਕੁਛ ਵੀ ਨਹੀਂ। ਵਾਅਦਿਆਂ ਤੋਂ ਮੁੱਕਰੀ, ਇਰਾਦਿਆਂ ਤੋਂ ਮੁੱਕਰੀ, ਸੋ ਇਹ ਹਾਲਾਤ ਇਸ ਸਿਆਸਤ ਦਾ ਹੋ ਗਿਆ। ਉਹ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਵਣ ਵਣ ਦੀ ਲੱਕੜੀ ਇਕੱਠੀ ਹੁੰਦੀ ਹੈ, ਇੱਥੇ ਮਤਲਬ ਵਣ ਦਾ ਦਰਖਤ ਵੀ ਹੈਗਾ, ਜੁਗਨੂੰ ਵੀ ਹੈਗੇ, ਟਿਮਕਣੇ ਜਿਹੜੇ ਅਲੋਪ ਹੋ ਗਏ ਨੇ, ਗਲੋਬਾਮ ਗੋ ਵੀ ਹੈਗੀ ਹੈ, ਪਹਾੜੀ ਕਾਂ ਵੀ ਇਸ ਵਾਤਾਵਰਨ 'ਚ ਮਿਲ ਜਾਂਦੇ ਨੇ, ਜਿਨ੍ਹਾਂ ਦੇ ਬਾਰੇ ਦੀਦਾਰ ਸੰਧੂ ਨੇ ਗਾਇਆ ਕਿ ਲੈ ਕੇ ਤੈਨੂੰ ਇਉਂ ਉੱਡ ਜਾਂ ਜਿਵੇਂ ਜਾਣ ਪਹਾੜੀ ਕਾਂ। ਪਰ ਪਹਾੜੀ ਕਾਂ ਪੰਜਾਬ 'ਚ ਅਲੋਪ ਹੋ ਗਏ ਨੇ, ਜੁਗਨੂੰ ਅਲੋਪ ਹੋ ਗਏ ਨੇ, ਅਤੇ ਗੋ ਅਲੋਪ ਹੋ ਗਈ ਹੈ, ਪਰ ਇਹ ਜਿਹੜੀਆਂ ਤਿੰਨੇ ਸਪੀਸੀਜ਼ ਨੇ ਇਹ ਇਸ ਪਾਰਕ 'ਚ ਹੈਗੀਆਂ। ਸੋ ਵਣ ਵਣ ਦੀ ਲੱਕੜੀ ਇੱਥੇ ਇਕੱਠੀ ਹੁੰਦੀ ਹੈ, ਹਰ ਪਾਰਟੀ ਦੇ ਨੇਤਾ ਆਉਂਦੇ ਨੇ। ਮਿੰਟਾ ਜੀ ਅਕਾਲੀ ਦਲ ਤੋਂ ਨੇ, MC ਨੇ ਸਾਬਕਾ, ਸੁਖਵਿੰਦਰ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਸਰਕਾਰ ਦੇ ਕੀ ਹਾਲਾਤ ਨੇ, ਪਾਰਟੀ ਦੇ, ਸੋਰੀ ਅਕਾਲੀ ਦਲ ਦੇ? ਸਾਡੀ ਸਰਕਾਰ ਬੜੀ ਚੜ੍ਹਦੀ ਕਲਾ 'ਚ, ਬੜਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਜਿੱਥੇ ਵੀ ਜਾਈਦਾ ਅਕਾਲੀ ਦਲ, ਅਕਾਲੀ ਦਲ, ਅਕਾਲੀ ਦਲ। ਝੰਡੀਆਂ ਵਿਖਾਉਂਦੇ ਆ, ਦੇਖੋ ਝੰਡੀਆਂ ਜਿਹੜੀਆਂ ਦਿਖਾਉਂਦੇ ਆ, ਆਮ ਨੂੰ ਵੀ ਦਿਖਾਉਂਦੇ ਆ, ਕਾਂਗਰਸ ਪੇੜ ਬੰਦੇ ਹੁੰਦੇ ਨੇ ਜਿਹੜਾ ਨੇ, ਜਦੋਂ ਇੰਨੀ ਚੜ੍ਹਦੀ ਕਲਾ ਹੁੰਦੀ ਆ, ਜਿਵੇਂ ਪਿੱਛੇ ਜੇ ਤੁਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਚੱਕ ਕੇ ਜੋੜੇ ਪਾ ਕੇ ਇਹ ਸਹੁੰ ਖਾਧੀ ਸੀ ਵੀ ਮੈਂ ਨਸ਼ਾ ਮੁਕਤ ਕਰ ਦੂੰਗਾ, ਮੈਂ ਘਰ ਘਰ ਨੌਕਰੀ ਦਊਂਗਾ, ਮੈਂ ਰੁਜ਼ਗਾਰ ਦਊਂਗਾ। ਉਹ ਜਿਹੜੀਆਂ ਸਹੁੰਆਂ ਖਾਧੀਆਂ ਨੇ, ਅੱਜ ਉਹ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਉਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਵੀ ਐਡੇ ਹੀ ਵੱਡਾ ਜੁਮਲਾ ਝੂਠ ਬੋਲ ਕੇ ਉਹਨੇ ਸਰਕਾਰ ਬਣਾਈ। ਕੈਪਟਨ ਸਾਹਿਬ ਤਾਂ ਕਹਿੰਦੇ ਕਿ 3 ਹਫ਼ਤੇ ਲੰਘ ਜਾਣ ਦਿਓ, ਵਿਜੇ ਕੁੰਵਰ ਪ੍ਰਤਾਪ ਹੀ ਇਸ ਮਾਮਲੇ 'ਚ ਦੋਸ਼ੀਆਂ ਨੂੰ ਜਾਣੀ ਕਿ ਅਕਾਲੀਆਂ ਨੂੰ ਫੜੇਗਾ। ਬਿਲਕੁਲ, ਜੇ ਅਕਾਲੀਆਂ ਦੇ ਕੋਈ ਦੋਸ਼ ਹੋਏਗਾ ਤਾਂ ਬਾਲ ਸਾਹਿਬ ਉਹ ਸ਼ੁਰੂ ਤੋਂ ਹੀ ਕਹਿ ਰਹੇ ਨੇ ਵੀ ਜੇ ਸਾਡੇ ਦਾ ਕੋਈ ਦੋਸ਼ ਆ, ਕੋਈ ਸਾਬਤ ਹੁੰਦਾ, ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਪਰ ਅੱਜ 3 ਸਿੱਟਾਂ ਬਣ ਚੁੱਕੀਆਂ, 3 ਦੇ ਵਿੱਚ ਕੋਈ ਵੀ ਅੱਜ ਤੱਕ ਦੋਸ਼ੀ ਨਹੀਂ ਪਾਇਆ ਗਿਆ। ਹਾਂ, ਸਰਕਾਰ ਜੇ ਧੱਕਾ ਕਰਨਾ ਚਾਹੀਦੀ ਜੋ ਮਰਜ਼ੀ ਕਰ ਲੇ। ਅਕਾਲੀ ਦਲ ਤੁਸੀਂ ਤਾਂ ਕਹੋਗੇ ਕਿ 13 ਸੀਟਾਂ ਲਿਜਾ ਰਹੇ ਹਾਂ, ਪਰ ਜੋ ਸਾਡੀਆਂ ਰਿਪੋਰਟਾਂ ਨੇ ਕਿ ਬਠਿੰਡਾ ਜਾਂ ਫਿਰੋਜ਼ਪੁਰ ਤੁਸੀਂ ਲਿਜਾ ਸਕਦੇ ਹੋ? ਨਹੀਂ, ਟੋਟਲ 13 ਦੀਆਂ 13 ਸੀਟਾਂ ਅਕਾਲੀ ਦਲ ਦੇ, ਘੱਟ ਕਰ ਲਓ ਥੋੜ੍ਹਾ ਜਿਹਾ, ਘੱਟ ਕਰ ਲਓ, ਬਿਲਕੁਲ ਨਹੀਂ 13 ਦੀਆਂ, ਕਿਉਂਕਿ 13 ਅਕਾਲੀ ਦਲ ਲੈ ਕੇ ਜਾਊਗਾ, ਕਿਉਂਕਿ ਜੋ ਹਾਲਾਤ ਬਣੇ ਹੋਏ ਆ, ਜੋ ਇਹਨਾਂ ਨੇ ਝੂਠ ਬੋਲ ਕੇ, ਜੋ ਇਹਨਾਂ ਨੇ ਲੋਕਾਂ ਨਾਲ ਧੋਖੇ ਕਰ ਰਹੇ ਨੇ, ਰੇਤ ਮਾਫੀਆ ਹੋਇਆ ਹੋਇਆ, ਜੋ ਇਹਨਾਂ ਨੇ ਬਿਲਡਿੰਗਾਂ ਦੇ ਕਬਜ਼ੇ ਕਰ ਰਹੇ ਨੇ, ਉਹ ਲੋਕ ਆਪ ਬੋਲ ਰਹੇ ਨੇ। ਹੁਣ ਤੁਸੀਂ TV ਦੇਖਦੇ ਹੋ, ਸਾਰੇ ਲੋਕਾਂ ਨੂੰ, ਕਾਂਗਰਸੀਆਂ ਨੂੰ ਜਿਹਨੇ ਮੌਜੂਦ ਆਪਣੇ ਆਪਣੇ ਮਿੱਤਰ ਮਿੰਟਾ ਜੀ ਕਹਿੰਦੇ ਕਹਿੰਦੇ ਬਾਂਦਰ ਲੰਡਾ ਨਹੀਂ ਕਰਨਾ, 13 ਸੀਟਾਂ ਲਿਜਾਣੀਆਂ ਨੇ ਲੇਨੀ ਸਾਹਿਬ। ਹਾਂਜੀ, 13 ਸੀਟਾਂ ਲਿਜਾ ਸਕਦਾ ਅਕਾਲੀ ਦਲ? ਸਰ ਨਹੀਂ, ਜ਼ਿਆਦਾ ਲੰਮੀ ਛੱਡ ਗਏ ਖੈਰ, ਕੀ ਲੱਗਦਾ? ਨਹੀਂ ਦੇਖੋ, ਥੋੜ੍ਹਾ ਲੰਡਾ ਕਰਨਾ, ਦੇਖੋ ਡੈਮੇਜ ਕੰਟਰੋਲ ਤਾਂ ਕੀਤਾ, ਸੁਖਬੀਰ ਬਾਦਲ ਦਾਅ ਤੇ ਲਾਏ ਨੇ, ਉਹਨਾਂ ਨੇ ਫਿਰੋਜ਼ਪੁਰ ਤੋਂ ਉਤਾਰੇ ਨੇ, ਪਰ ਅਕਾਲੀ ਦਲ ਨੇ ਡੈਮੇਜ ਕੰਟਰੋਲ ਤਾਂ ਕੀਤਾ, ਗੱਲ ਮੰਨਣੀ ਪਵੇਗੀ। ਵਕੀਲ ਸਾਹਿਬ ਗੁਰਬਾਜ ਜੀ ਕੀ ਸੋਚਦੇ ਹੋ? ਮੈਂ ਪਾਣਾ ਸਾਹਿਬ ਇਹ ਸਮਝਦਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਜਿਵੇਂ ਮੋਦੀ ਜੀ ਨੇ ਹੁਣ ਤੱਕ ਜੁਮਲਿਆਂ ਤੋਂ ਇਲਾਵਾ ਪਬਲਿਕ ਨੂੰ ਕੁਛ ਨਹੀਂ ਦਿੱਤਾ, ਕਾਂਗਰਸ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਨੇ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ, ਗੁਟਕਿਆਂ ਦੀਆਂ ਸਹੁੰਆਂ ਖਾ ਕੇ ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨੌਕਰੀ ਹੈ, ਨਾ ਉਹ ਨਸ਼ਾ ਬੰਦ ਹੋਇਆ, ਅਤੇ ਨਾ ਹੀ ਕਿਸੇ ਤਰ੍ਹਾਂ ਦੇ ਪਬਲਿਕ ਨੂੰ ਕੋਈ ਫੈਸਿਲਿਟੀ ਮਿਲੀ ਹੈ। ਅੱਛਾ, ਇਹ ਲੀਡਰ ਲੋਕ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਜਿਹੜੇ ਇਹ ਵਾਅਦੇ ਕਰਦੇ ਨੇ, ਕਿ ਉਹਦੇ ਨਾਲ ਕੰਟਰੋਲ ਹੋਏਗਾ? ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਕੋਈ ਇਸ ਤਰ੍ਹਾਂ ਦਾ ਲਾਅ ਹੋਵੇ ਜਿਹਦੇ ਵਿੱਚ ਜੋ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਦਿੰਦੇ ਨੇ, ਜੇ ਉਹਨੂੰ ਨਹੀਂ ਇਹ ਐਪਲੀਕੇਬਲ ਕਰਦੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈਗਾ ਪਬਲਿਕ ਬਾਹਰ ਦਾ ਰਸਤਾ ਦਿਖਾਵੇ, ਜਾਂ ਇਹਨਾਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਹੋਵੇ। ਮਤਲਬ ਜੇ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇ ਇਹਨਾਂ ਦੇ ਜਿਹੜੇ ਲੰਮੇ ਲੰਮੇ ਵਾਅਦੇ ਛੱਡਦੇ ਆ, ਤਾਂ ਇਹ ਕੰਟਰੋਲ ਹੋ ਸਕਦੇ ਆ? ਟਵਾਣਾ ਸਾਹਿਬ, ਇਹ ਬੜੀ ਹਾਸੋਹੀਣੀ ਗੱਲ ਹੋਊਗੀ, ਇਹਦਾ ਰੀਜ਼ਨ ਇਹ ਹੈਗਾ ਕਿ ਇਹ ਆਪ ਹੀ ਕਾਨੂੰਨ ਦੇ ਘਾੜੇ ਨੇ, ਜਿੱਥੇ ਇਹਨਾਂ ਨੂੰ ਲੱਗਦਾ ਕਿ ਇਹ ਗੱਲ ਸਾਡੇ ਖਿਲਾਫ਼ ਜਾਊਗੀ, ਉਹ ਗੱਲ ਇਹ ਕਦੇ ਵੀ ਲਾਅ ਦੇ ਘੇਰੇ ਦੇ ਵਿੱਚ ਨਹੀਂ ਆਉਣ ਦੇਣਗੇ। ਜੇ ਗੱਲ ਕਰੀਏ ਇਹਨਾਂ ਦੀ ਪੈਨਸ਼ਨ ਦੀ,
एक इंप्लॉई जिहड़ा हैगा 30 साल 40 साल जॉब करता है उन्हें उस तो बाद पेंशन इन्होंने बंद कर दी। खास करके फौजियों एक रैंक एक पेंशन काफ़ी लंबे समय तो इस मामले च लटक रहे हैं। हरजिंदर सिंह जी जर्मनी तो सियासतदान भी यही कुछ करते हैं? ना 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 बिल्कुल। फिर इतने क्यों नहीं चेंज हो रही, कारण की है? चेंज कर बदल रहे गल तो यह भी पॉलिटिशियन बाहर जाते हैं, सिख ही तो आते कुछ नहीं, चाहव पार्टियां तो होरना चीज़ों तो आके तो मुड़े आते हैं। जे उ जाके हर डिपार्टमेंट ज हर सिस्टम समझ की कोशिश कर तो फिर ही समझ आ सकती है। वो जी है डेफिशंसी यही है कि दे आर नॉट वैल क्वालिफाइड। कोई उम्मीद लगती है तुसी NRI हो के कोई उम्मीद लगती है कि इतने चेंज हो सकती है? चेंज ये होगी कि जी हूँ इलेक्शन आऊगी MP के बाद, तो मेरा अपना ओपीनियन आ 22 मैं उम्मीद करदा कि जे सारे NRI बाहर के कट्ठे हो जाए 5 तो लैके 10 सीटा वो NRI जेडे NRI आ सकते हैं कानूनी तौर पर, सिटीजन जे किसी कंट्री के तो वोट नहीं पा सकते ना वो इस लाइन च आ सकते हैं। पर जो इंडियन पासपोर्ट वाले है ऑनलाइन वो सारे लोग वोट पा सकते उतों बैठे ऑनलाइन वो किसी बंद आपने चुन सकते हैं। तो इन्ने NRI इन्ने स्ट्रोंग है कि 5 नोट ही देंगे वोट नहीं नोट ना दे नोट इतने क्यों खिलारे आ नोट पहले झाड़ू पार्टी काफ़ी उंझा मार गई हूँ बलफ करके लै गए ना पैसे। अच्छा खैरा होर ने एक गल आखी है PDA वाले ने कि आने वाले समय से 5 टिकटा NRI दिखाई जान, जिहड़ा NRI मिनिस्टर है पंजाब का NRI मामला वो भी NRI हो बिल्कुल बिल्कुल जो होना चाहिए। तो तुम देख लेना 5 ही जितने किसी की सपोर्ट की लड़ नहीं, जो बाहरों आने वो इमानदारी से जितने और कोई हेरा फेरी नहीं होगी और लोगों के काम भी हो गए। जेडे इतने बंदे हम है उन्होंने पता ही नहीं भाई सिस्टम की करना किमें हेल्प करनी। सत श्रीकाल भाजी की सोचते हो जो ट्रेंड इलेक्शन में चल रहे हैं? सुरेंद्र सिंह गरेवाल बोल रहे हैं जी। गरेवाल साहब के डिपार्टमेंट? मैं एक गल एडवोकेट आई हूँ। ओ वेरी गुड जी। तो मैं ये कहना भी जिस तरह एक अपलाई है वो हाजिरी लगती है, जो एक तरह अद्धा घंटा लेट हो जाए उसे एक्शन लिया जाता है। ये पॉलिटिशियन जेडे MP बनते हैं इन्हों के वास्ते कानून बने भी उसे पार्लीमेंट कितना टाइम कि हाजिरी कंपलसरी की जाए। हाँ जिहड़ा उसे जिहड़ा घट। अच्छा अदाकार बहुत सारे बने ने, खिडारी बहुत सारे बने ने, उत्थे जाते ही नहीं पत्ते लैके आ जाते हैं। सनी देओल उतारिया गया लोग फिर कट्ठे हो जाते हैं? नहीं ये कोई ला बनना चाहिए भी फिल्म एक्टर है जब कोई टॉप का प्लेयर है जब जो बंदा लोगों को बेचता कोई गायक है उन्होंने आपका फील्ड कर जाना चाहिए, उन्होंने टिकट देनी चाहिए। जिहड़ा एक बार जो धर्मेंद्र पार्लीमेंट पहला पहुंचा उत्थे गया नहीं उन्होंने अगर वैसे डिस्कवालीफाई करना चाहिए जी। थैंक यू। सीनियर सिटीजन ने पेशे तो डॉक्टर साहब ने। हाँ मैं डॉक्टर आग्या जी था। डॉक्टर आग्या जी मैं, बहुत कमाल दी शख्सियत ने। मैं मनोविज्ञान दा रिटायर रहे हैं पंजाबी यूनिवर्सिटी जी। आई नो डॉक्टर साहब आग्या जी सिंह जी की गल है कि पंजाबी लोगों की मानसिकता क्यों नहीं बदल रही, तुम मनोविज्ञान के माहिर हो? दरअसल जिहड़ा मनुखी व्यवहार है ना जी ये बड़ा कॉम्प्लीकेटड है, बड़ा गंभीर हैगा। इसका स्टडी करनी जिहड़ी है वो बड़ी मुश्किल है साडे लई वी, क्योंकि मनुख हमेशा बदलता रहिंदा है। क्योंकि तुहाडा जो विशा जिहड़ा मैं सुन रहा सी वो सारा पॉलिटिक्स नाल चल रहा, मैं पॉलिटिशियन तो है ही नहीं। नहीं हाँ लोगों की मानसिकता, मैं ताही तुहाडे च मानसिकता बदलती रहती है। अच्छा डॉक्टर साहब ये दसो PGI का एक सर्वे आया सी कि पंजाब जिहड़ा नशा उहदा कारण यह है, खुदकुशियां का कारण यह है कि 13-13% पंजाबी मनोविज्ञानिक तौर पर मनोरोगों के शिकार ने। बिल्कुल है, जो व्यक्ति मनोरोग का शिकार है वह ड्रग वल शराब वल सब तो पहला जाता। बिल्कुल उस पासे किसी पार्टी का एजेंडा नहीं, मनोविज्ञानिक माहर डॉक्टर बहुत घट ने। हाँ की कारण है कि वह नब्ज नहीं फड़ी जा रही? दरअसल ये है कि जिनी फ्रस्ट्रेशन है ना सोसाइटी में ये जड़ा है नशे वाल लैके जा रही है युवकों में, क्योंकि मैं तो यूनिवर्सिटी ही रहा सारी उम्र युवकों नाल ही डील करता रहा। बच्चे PhD कर रहे हैं MA कर रहे हैं जॉब मिलती नहीं है, वो फ्रस्ट्रेट हो जाते हैं, वो फ्रस्ट्रेशन को दूर करने फिर नशे वाल चले जाते हैं। इस तरह ये जड़ा ना नशे वाला काम ये खत्म नहीं होना है, ये चलता ही रहेगा। जिनी मर्जी सरकार जिहड़ी मर्जी सरकार आ जाए नशा नहीं खत्म हो सकता है। उसके लिए सानू लोगों को मनोविज्ञानिक तौर पर सूचित करना पड़ेगा, एजुकेट करना पड़ेगा, जिहड़ा कि असीं नहीं कर रहे हैं अपने फर्ज तो उतरा रहे हैं। इंडिया की कोई भी सरकार या स्टेट इस पासे सोच रही है? साउथ दी केरला दी कोई भी नहीं सोच रहा है, सब अपनियां रोटियां सेक रहे हैं। पॉलिटिशियनां नूं हर कोई हुंदा मैं कुर्सी लवा भावें फाउल मीनस होवे फेयर मीनस होवे, मोदी तो लाके हेडले तक MLA तक भी या MP तक भी मन की बात करने हाँ, वाले भी मन की बात नहीं करते। नहीं नहीं उन्होंने तो होता मैं अपनी पावर च आ जावा, पावर का नशा है ये, ठीक पावर का नशा होने करके हर एक हर तरीके अपनी कुर्सी संभालने फिरदा
ਇੱਕ ਦੂਜੇ ਨੂੰ ਦੀਆਂ ਲੱਤਾਂ ਖਿੱਚ ਰਿਹਾ। ਅੱਛਾ ਤੁਸੀਂ ਵੇਖਿਆ ਆਗਿਆਜੀਤ ਸਿੰਘ ਜੀ ਕਿ ਬਜ਼ੁਰਗ ਪੀੜ੍ਹੀ ਉਰੇ ਰਹਿ ਗਈ ਹੈ, ਯੂਥ ਹੈ ਜਿਹੜਾ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ, ਕਿਸ ਟ੍ਰੈਂਡ ਨੂੰ? ਕਿਉਂਕਿ ਇੱਥੇ ਇੰਡੀਆ ਵਿੱਚ ਜੋਬ ਨਹੀਂ ਮਿਲਦੀ। ਮੇਰੇ ਆਪਣੇ ਬੱਚੇ ਅਮੈਰੀਕਾ 'ਚ ਨੇ, ਉਹ ਮੇਰੇ ਤੋਂ ਖੁਸ਼ਹਾਲ ਨੇ। ਅਗਰ ਇੱਥੇ ਇੰਡੀਆ 'ਚ ਹੁੰਦੇ ਤਾਂ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਣੀ ਸੀ। ਉਹ ਵੀ ਨਸ਼ਾ ਕਰਦੇ, ਦਾਰੂ ਪੀਂਦੇ, ਫਰਸਟ੍ਰੇਟ ਹੁੰਦੇ, ਮੇਰੇ ਨਾਲ ਲੜਦੇ। ਮੈਂ ਤਾਂ ਬੱਚਿਆਂ ਨੂੰ ਕਿਹਾ ਸੀ ਠੀਕ ਹੈ ਚਲੇ ਜਾਓ, ਦੇ ਆਰ ਮਚ ਹੈਪੀ ਦੈਨ ਮੀ। ਦੂਰ ਹੁੰਦਾ ਜਦੋਂ ਉਹਨਾਂ ਦਾ ਲਾਈਫ ਸਟਾਈਲ ਮੇਲਣ ਵੀ ਵਧੀਆ ਹੈ। ਜੀ ਜੀ, ਥੈਂਕ ਯੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਇਹ ਜਿਹੜੇ ਇਲੈਕਸ਼ਨ ਦੇ ਟ੍ਰੈਂਡ ਨੇ, ਕੀ ਮਹਿਸੂਸ ਕਰਦੇ ਹੋ, ਕੀ ਫਰਕ ਮਹਿਸੂਸ ਕਰਦੇ ਹੋ ਇਹਨਾਂ ਚੋਣਾਂ ਦਾ ਅਤੇ ਪਿਛਲੀਆਂ ਚੋਣਾਂ ਦਾ? ਸਾਰਾ ਤੋਂ ਵੱਡਾ ਜਿਹੜਾ ਡਿਫਰੈਂਸ ਇਸ ਵਾਰੀ ਆਇਆ ਹੈਗਾ ਉਹ ਬੋਲੀ 'ਚ ਹੈਗਾ। ਬੋਲੀ ਇਤਨੀ ਲੋਅ ਗਿਰ ਗਈ ਹੈਗੀ, ਮਿਆਰ ਦੇ ਕੇ ਆ ਸਿਆਸਤ ਦਾ, ਮਤਲਬ ਜੋ ਕਿ ਕਦੀ ਅਸੀਂ ਸੋਚਦੇ ਨਹੀਂ ਸੀਗੇ ਕਿ ਇਤਨੀ ਲੋਅ ਲੈਵਲ ਤੱਕ ਜਾ ਕੇ ਪੋਲੀਟੀਸ਼ੀਅਨ ਗੱਲ ਕਰਨਗੇ। ਔਰ ਇੱਕ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈਗੇ, ਉਹਨਾਂ ਕੋਲੋਂ ਇਹ ਬਿਲਕੁਲ ਨਹੀਂ ਐਕਸਪੈਕਟਡ। ਅਗਰ ਤੁਸੀਂ ਪੁਰਾਣੇ ਜਿੰਨੇ ਪ੍ਰਾਈਮ ਮਿਨਿਸਟਰ ਹੈਗੇ ਉਹਨਾਂ ਦੀ ਅਗਰ ਚੱਕ ਕੇ ਦੇਖੋ, ਉਹਨਾਂ ਨੂੰ ਅਗਰ ਮਨਮੋਹਨ ਸਿੰਘ ਨਾਲ ਕੰਪੇਅਰ ਕਰਕੇ ਦੇਖੋ, ਉਹਨਾਂ ਦੀ ਬੋਲੀ ਔਰ ਇਹਨਾਂ ਦੀ ਬੋਲੀ 'ਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਹੈਗਾ। ਮਨਮੋਹਨ ਸਿੰਘ ਨੂੰ ਅੱਗੇ ਲਿਆਉਂਦੀ ਤੁਹਾਨੂੰ ਲੱਗਦਾ ਕਾਂਗਰਸ ਉੱਪਰ ਆ ਸਕਦੀ ਸੀ? ਉਹਨਾਂ ਕੋਲ ਵੀ ਯੋਗ ਲੀਡਰ ਨਹੀਂ? ਬਿਲਕੁਲ ਬਿਲਕੁਲ ਆ ਸਕਦੀ ਸੀਗੀ, ਚਾਹੇ ਉਹਨਾਂ ਦੀ ਏਜ ਬਹੁਤ ਜ਼ਿਆਦਾ, ਉਹ ਏਜ ਦੇ ਹਿਸਾਬ ਨਾਲ ਉਹ ਸ਼ਾਇਦ ਉਹਨਾਂ ਨੇ ਫਿਜ਼ੀਕਲੀ ਸ਼ਾਇਦ ਉਹ ਨਹੀਂ, ਲੇਕਿਨ ਮੈਂਟਲੀ ਉਹਨਾਂ ਦਾ ਅਜੇ ਵੀ ਜੋ ਲੈਵਲ ਹੈਗਾ, ਜੋ ਉਹਨਾਂ ਦੀ ਸੋਚ ਹੈਗੀ, ਜੋ ਇਕਨੋਮਿਕਸ ਉਹਨਾਂ ਨੂੰ ਪਤਾ ਹੈਗੀ, ਉਹ ਅਜੇ ਵੀ ਆਪਣੇ ਇੰਡੀਆ 'ਚ ਇਸ ਲੈਵਲ ਦਾ ਕੋਈ ਵੀ ਬੰਦਾ ਨਹੀਂ ਹੈਗਾ ਜਿਹੜਾ ਇੱਥੇ ਫਾਈਨੈਂਸ ਨੂੰ ਕੰਟਰੋਲ ਕਰ ਰਿਹਾ। ਬੋਲੀ ਦੀ ਗੱਲ ਕੀਤੀ ਹੈ, ਟੀ ਵੀ ਡਿਬੇਟ ਦੇ ਵਿੱਚ ਬਹੁਤ ਸਾਰੇ ਐਂਕਰ ਹੋਸਟ ਬਦਨਾਮ ਹੋ ਚੁੱਕੇ ਨੇ, ਇੰਨੀ ਅਸਭਿਅਕ ਭਾਸ਼ਾ, ਇੰਨਾ ਰੌਲਾ ਰੱਪਾ ਚੀਕ ਚਿਹਾੜਾ ਚੈਨਲਾਂ 'ਤੇ ਪੈ ਰਿਹਾ। ਦੇਖੋ, ਮੈਂ ਤਾਂ ਇਹ ਕਹਿੰਦਾ ਕਿ ਵੀ ਇਸ ਵਕਤ ਅਗਰ ਜੇ ਚੈਨਲ ਦੇਖਣਾ ਹੈਗਾ ਤਾਂ ਮੈਨੂੰ ਤਾਂ ਇੱਕ ਸਿਰਫ਼ ਰਵੀਸ਼ ਕੁਮਾਰ ਦਾ ਚੈਨਲ ਜਿਹੜਾ ਹੈਗਾ ਜਿੱਥੇ ਲੱਗਦਾ ਹੈ ਕਿ ਵੀ ਟੂ ਦੀ ਪੁਆਇੰਟ ਔਰ ਕੁਛ ਬੋਲਦੇ ਹੈਗੇ, ਬਾਕੀ ਜਗ੍ਹਾ 'ਤੇ ਤਾਂ ਸਵਾਏ ਲੜਾਈ ਝਗੜੇ ਜਾਂ ਤੂੰ ਤੂੰ ਮੈਂ ਕਰਕੇ, ਔਰ ਉੱਥੇ ਜਿਹੜੇ ਸਪੋਰਟਰ ਵੀ ਬਿਠਾਏ ਹੁੰਦੇ, ਆਪਣੇ ਬੰਦੇ ਬਿਠਾਏ ਹੁੰਦੇ ਹੈਗੇ ਜਿਹੜੇ ਕਿ ਬੋਲ ਬਾਲ ਕੇ ਸਿਰਫ ਇੱਕ ਸ਼ੋਅ ਕਰਦੇ ਹੈਗੇ ਕਿ ਵੀ ਇਹ ਮੇਰੀ ਪਾਰਟੀ ਆ, ਜਾਂ ਮੈਂ ਕਹਿੰਦਾ ਪਾਰਟੀ ਜਿਹੜੀ ਮਰਜ਼ੀ ਹੋਏ, ਜੇ ਪਾਰਟੀ ਦਾ ਕੈਂਡੀਡੇਟ ਚੰਗਾ ਹੈ ਤਾਂ ਉਸ ਕੈਂਡੀਡੇਟ ਨੂੰ ਸਪੋਰਟ ਕਰੋ, ਪਾਰਟੀ ਨੂੰ ਨਾ ਦੇਖੋ, ਕੈਂਡੀਡੇਟ ਨੂੰ ਦੇਖੋ ਔਰ ਉਸ ਪਾਰਟੀ ਨੂੰ ਸਪੋਰਟ ਕਰੋ। ਦੂਜਾ ਇਹ ਹੈਗਾ ਕਿ ਜਿਹੜੇ ਜੁਮਲੇ ਹੈਗੇ ਉਹ ਜੁਮਲਿਆਂ ਨੂੰ ਬੰਦ ਕਰੋ, ਕਿਉਂਕਿ ਜੋ ਰਿਐਲਿਟੀ ਆ ਉਸ 'ਤੇ ਗੱਲ ਕਰੋ। ਬਿਲਕੁਲ, ਜੁਮਲੇ ਤਾਂ ਇਹ ਆ ਕਿ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਆ, ਪ੍ਰੈਸ ਨਾਲ ਗੱਲ ਨਹੀਂ ਕਰਦੇ, ਟ੍ਰੈਂਡ ਚੇਂਜ ਹੋਏ ਨੇ, ਮੀਡੀਆ ਵੀ ਜਿਹੜਾ ਕਲੀਨ ਨਹੀਂ ਰਿਹਾ, ਮਲੀਨ ਰਿਹਾ, ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਚੋਣਾਂ ਦੇ ਸੰਦਰਭ ਦੇ ਵਿੱਚ। ਦੂਜੀ ਸਾਰਿਆਂ ਤੋਂ ਵੱਡੀ ਚੀਜ਼ ਇਹ ਹੈਗੀ ਕਿ ਜਦੋਂ ਮੋਦੀ ਸਾਹਿਬ ਨੇ ਇੱਕ ਸਟੇਟ ਨੂੰ ਰਿਪ੍ਰਜੈਂਟ ਕੀਤਾ, ਇੰਨੇ ਸਾਲ ਉਹ ਚੀਫ ਮਿਨਿਸਟਰ ਰਹੇ, ਲੇਕਿਨ ਪ੍ਰਾਈਮ ਮਿਨਿਸਟਰ ਬਣ ਕੇ ਵੀ ਉਹ ਚੀਫ ਮਿਨਿਸਟਰ ਤੋਂ ਉੱਪਰ ਨਹੀਂ ਉੱਠੇ, ਉਹ ਪ੍ਰਾਈਮ ਮਿਨਿਸਟਰ ਨਹੀਂ ਬਣ ਸਕੇ, ਉਹਨਾਂ ਨੇ ਉਹ ਕੰਟਰੋਲ ਉਸ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਗੁਜਰਾਤ ਕੀਤਾ, ਲੇਕਿਨ ਗੁਜਰਾਤ ਦੀ ਤਰ੍ਹਾਂ ਤੁਸੀਂ ਹਿੰਦੁਸਤਾਨ ਨੂੰ ਕੰਟਰੋਲ ਨਹੀਂ ਕਰ ਸਕਦੇ। ਬਿਲਕੁਲ, ਤੁਹਾਡੀ ਗੱਲ ਠੀਕ ਹੈ ਕਿ ਗੁਜਰਾਤ ਮਾਡਲ, ਸਾਹਿਬ ਦੀ ਗੱਲ ਠੀਕ ਹੈ ਕਿ ਗੁਜਰਾਤ ਮਾਡਲ ਉਹ ਹਰ ਜਗ੍ਹਾ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਸੇ ਤਰ੍ਹਾਂ ਜਿਹੜੇ ਫਿਰਕੂ ਲੀਡਰ ਨੇ, ਅੱਗ ਲਾਊ ਲੀਡਰ ਨੇ, ਉਹ ਅੱਗੇ ਆ ਰਹੇ ਨੇ। ਸੋ ਬਾਗਾਂ ਦੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ, ਸਤਿ ਸ਼੍ਰੀ ਅਕਾਲ, ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ, ਜੋ ਇਸ ਵਕਤ ਅਕਾਲ ਚੈਨਲ ਦੇ ਇਸ ਵਿਸ਼ੇਸ਼ ਪ੍ਰੋਗਰਾਮ ਨਾਲ ਜੁੜੇ ਨੇ। ਪਿੰਡਾਂ ਦੀ ਗਰਾਊਂਡ ਦੀ ਜ਼ਮੀਨੀ ਕੀ ਰਿਪੋਰਟਾਂ ਨੇ ਉਸ ਮੁਤਾਬਕ ਅਸੀਂ ਪਹੁੰਚੇ ਹਾਂ ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ। ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ, ਵਿਜ਼ੂਅਲ ਦਿਖਾਇਆ ਕੈਮਰਾਮੈਨ ਅਮਨ ਹੋਰਾਂ ਨੇ, ਟਿਊਬਵੈਲ, ਇਹ ਵੱਡੇ ਟਿਊਬਵੈਲ ਜਿਨ੍ਹਾਂ ਤੋਂ ਵਾਟਰ ਸਪਲਾਈ ਹੈ ਜਿਹੜੀ ਕੀਤੀ ਜਾਂਦੀ ਹੈ। ਸੋ ਮਿੱਤਰਾਂ ਦੀ ਮੋਟਰ 'ਤੇ ਕੱਚ ਦੀ ਗਲਾਸੀ ਖੜ ਕੇ, ਸੋ ਟਿਊਬਵੈਲ ਤੋਂ ਮੈਨੂੰ ਗਲਾਸੀ ਚੇਤੇ ਆ ਗਈ। ਪਰ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੀਆਂ ਮੋਟਰਾਂ, ਸੱਥਾਂ, ਸੈਰਗਾਹਾਂ, ਹੱਟੀਆਂ ਭੱਠੀਆਂ, ਸਾਰੇ ਜਿਹੜੀ ਚਰਚਾ ਉਹ ਲੋਕ ਸਭਾ ਚੋਣਾਂ ਦੀ ਹੈ। ਸੋ ਮੈਂ ਪਹੁੰਚਿਆ ਪਟਿਆਲਾ ਦਾ ਵਾਤਾਵਰਨ ਪਾਰਕ, ਬੜੀ ਮਸ਼ਹੂਰ ਜਗ੍ਹਾ ਜਿੱਥੇ ਹਰ ਵਰਗ ਸ਼ੋਭੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੀਆਂ ਨੇ। ਤੁਸੀਂ ਵੇਖ ਰਹੇ ਹੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਹੇ ਡਾਕਟਰ ਬਲਵੀਰ ਸਿੰਘ ਵੀ ਇਸ ਮਹਿਫਲ ਦੇ ਵਿੱਚ ਸ਼ਾਮਲ ਨੇ। ਸੋ ਸ਼ੁਰੂਆਤ ਕਰਦੇ ਹਾਂ ਸਾਹਿਬ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਚੋਣਾਂ ਦਾ ਕੀ ਵੇਖ ਰਹੇ ਹੋ ਮਾਹੌਲ ਇਸ ਵਾਰੀ, ਪਿਛਲੀਆਂ ਚੋਣਾਂ ਨਾਲੋਂ ਕੀ ਫਰਕ ਹੈ ਇਹਨਾਂ ਚੋਣਾਂ 'ਚ? ਅਜੇ ਕੁਛ ਨਹੀਂ ਸਮਝ ਆਇਆ ਜੀ। ਅਜੇ ਕਿਹੜੀ ਸਰਕਾਰ ਬਣਦੇ ਆਸਾਰ ਨੇ? ਹਾਂਜੀ,